ਸਤਿ ਸ਼੍ਰੀ ਅਕਾਲ, ਮੈਂ ਸੁਪਾਲ ਜਾਲੀ, ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਸਪੈਸ਼ਲ ਸ਼ੋਅ ਵਿੱਚ ਡਾਕਟਰ ਰਾਜ ਦੇ ਨਾਲ ਐਵਰੀ ਟਿਊਜ਼ਡੇ ਬਿਟਵੀਨ 11 ਤੋਂ 12। ਅਗਰ ਤੁਸੀਂ ਯੂਕੇ ਦੇ ਵਿੱਚ ਜਾਂ ਕਿਸੇ ਵੀ ਦੁਨੀਆ 'ਚ ਦੇਖਦੇ ਹੋ, ਪਲੀਜ਼ ਸਟੇ ਟਿਊਨਡ ਇਨ। ਬੜੀ ਇੰਟਰਸਟਿੰਗ, ਬੜਾ ਇਨਫੋਰਮੇਟਿਵ ਸ਼ੋਅ ਹੁੰਦਾ ਹੈ। ਮੈਂ ਐਵਰੀ ਲੈਵਲ ਹਮੇਸ਼ਾ ਕਹਿੰਦਾ ਹੁੰਦਾ, ਅਗਰ ਤੁਹਾਨੂੰ ਬਿਮਾਰੀ ਨਹੀਂ, ਬੜੀ ਅੱਛੀ ਗੱਲ ਹੈਗੀ ਹੈ, ਰੱਬ ਦਾ ਸ਼ੁਕਰ ਕਰੋ ਕਿ ਤੁਸੀਂ ਸਹੀ ਸਲਾਮਤ ਹੈਗੇ ਹੋ। ਲੇਕਿਨ ਬਿਮਾਰੀ ਦਾ ਕੁਛ ਪਤਾ ਨਹੀਂ ਹੁੰਦਾ, ਜੋ ਹਾਲਾਤ ਦੁਨੀਆ ਦੇ ਹੈ। ਕੋਈ ਬੰਦਾ ਜਿੱਦਾਂ ਹੁਣ ਕੋਵਿਡ ਦੀ ਗੱਲ ਕਰੋ, ਮੈਨੂੰ ਲੱਗਦਾ ਨਹੀਂ ਕਿ ਕਿਸੇ ਘਰ ਵਿੱਚ ਕੋਈ ਬੰਦਾ ਬਚਿਆ ਹੋਵੇ। ਵਨ ਵੇ ਦੇ ਅਦਰ ਹਰ ਬੰਦੇ ਨੂੰ ਇਹ ਬਿਮਾਰੀ ਨੇ ਪਕੜਿਆ। ਕਿੰਨਾ ਵੀ ਤੁਸੀਂ ਇਹਨੂੰ ਬਚ ਕੇ ਰਹੇ ਹੋ, ਲੇਕਿਨ ਆਖਿਰ ਬੰਦੇ ਨੂੰ ਫਾੜ ਹੀ ਲੈਂਦੀ ਹੈ। ਚਲੋ ਤੁਸੀਂ ਦੇਖੋ, ਥੋੜ੍ਹਾ ਬਹੁਤਾ ਇੰਟਰਸਟਿੰਗ ਪ੍ਰੋਗਰਾਮ, ਨੌਲੇਜ ਹੁੰਦੀ ਹੈ ਤੁਸੀਂ ਕੀ ਅਸੀਂ ਗੱਲਾਂ ਕਰਦੇ ਹਾਂ। ਅਗਰ ਤੁਸੀਂ ਕਿਸੇ ਵੀ ਸਬਜੈਕਟ ਉੱਪਰ ਚਾਹੁੰਦੇ ਅਸੀਂ ਟੋਪਿਕ ਕਰੀਏ ਡਾਕਟਰ ਨਾਲ ਗੱਲਬਾਤ, ਉਹ ਪਲੀਜ਼ ਮੈਨੂੰ ਤੁਸੀਂ ਰਿੰਗ ਕਰਕੇ ਦੱਸਦਿਆ ਕਰੋ। ਅੱਜ ਮੇਰੇ ਪਾਸ ਦੋ ਸਵਾਲ ਹੋ ਗਏ, ਮੈਂ ਸ਼ੋਅ ਪਹਿਲਾਂ ਡਾਕਟਰ ਦਾ ਸਵਾਗਤ ਕਰਕੇ ਫਿਰ ਬਾਅਦ 'ਚ ਗੱਲ ਕਰਦੇ। ਡਾਕਟਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਅ ਜੀ, ਹਮੇਸ਼ਾ ਹੀ ਤੁਹਾਡਾ ਕੀ ਹਾਲ ਹੈ ਤੁਹਾਡਾ ਡਾਕਟਰ? ਬਹੁਤ ਵਧੀਆ ਜੀ, ਸ਼ੁਕਰੀਆ। ਮੈਂ ਤਾਂ ਜੇ ਤਕਲੀਫ ਹੋਵੇ ਕੋਈ ਹੋਰ ਡਾਕਟਰ ਦਾ ਨਾਮ ਦੇ ਦਿਆਂਗਾ, ਤੁਸੀਂ ਉਹਦੇ ਕੋਲੋਂ ਇਲਾਜ ਕਰਾ ਲਓ। ਬਿਲਕੁਲ ਬਿਲਕੁਲ, ਐਨੀ ਟਾਈਮ। ਹਾਂਜੀ ਭਾਅ ਜੀ, ਮੈਨੂੰ ਤਾਂ ਨਾ, ਮੈਂ ਹਮੇਸ਼ਾ ਹਰ ਸ਼ੋਅ ਤੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਕਹਿੰਦੇ ਸੀ ਅਸੀਂ ਤਾਂ ਵੀ ਇਨਸਾਨ, ਤੁਸੀਂ ਇਨਸਾਨ ਨਹੀਂ ਹੈਗੇ, ਤੁਸੀਂ ਕਹਿੰਦੇ ਉੱਪਰੋਂ ਥੋੜ੍ਹੇ, ਅਤੇ ਡਾਕਟਰ ਤਾਂ ਬਿਮਾਰ ਹੋਣ ਲੱਗ ਗਏ ਤਾਂ ਸਾਡਾ ਤਾਂ ਫਿਰ ਕੋਈ ਯੂਨੋ। ਹਾਂਜੀ, ਨਹੀਂ ਡਾਕਟਰ ਹੈਗੇ ਤਾਂ ਇਨਸਾਨ ਹੀ ਆ। ਹਾਂਜੀ, ਇੱਦਾਂ ਪਈ ਉਹਨਾਂ ਨੂੰ ਇੱਕ ਸਟੇਟਸ ਮਿਲਿਆ ਜ਼ਰੂਰ। ਹਾਂਜੀ, ਅਤੇ ਕੋਸ਼ਿਸ਼ ਤਾਂ ਇਹੀ ਕਰੀਦੀ ਆ ਭਈ ਪਰਮਾਤਮਾ ਦੀ ਗੱਲ ਮੰਨੀਦੀ ਆ। ਹਾਂਜੀ, ਪਰਮਾਤਮਾ ਦੇ ਭਾਣੇ 'ਚ ਰਹੀਦਾ ਆ, ਕਿਉਂਕਿ ਜੋ ਕੁਛ ਕਰਨਾ ਤਾਂ ਉਨੀ ਕਰਨਾ। ਹਾਂਜੀ, ਅਸੀਂ ਤਾਂ ਆਪਣੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ, ਠੀਕ ਕਰਨਾ ਤਾਂ ਉਨੀ ਕਰਨਾ। ਹਾਂਜੀ ਭਾਜੀ, ਜਦੋਂ ਵੀ ਕਿਸੇ ਦਾ ਬੁਰਾ ਹੋਣਾ ਜਾਂ ਅੱਛਾ, ਤਾਂ ਰੱਬ ਥੱਲੇ ਨਹੀਂ ਆਉਂਦਾ, ਉਹ ਬੰਦੇ ਭੇਜਦਾ। ਹਾਂਜੀ, ਕੋਈ ਤੁਹਾਡਾ ਕੋਈ ਸੁਧਾਰ ਜਾਂਦਾ, ਕਿਉਂਕਿ ਤੁਹਾਡਾ ਨੁਕਸਾਨ ਕਰ ਜਾਂਦਾ। ਹਾਂਜੀ ਹਾਂਜੀ, ਇਹ ਸਭ ਲਿਖਿਆ ਹੁੰਦਾ ਆਪਣੇ ਕਰਮਾਂ ਦੇ ਵਿੱਚ। ਹਾਂਜੀ, ਕਰਮਾਂ ਨੂੰ ਮੰਨਣਾ ਹੀ ਪੈਂਦਾ। ਹਾਂਜੀ ਭਾਜੀ, ਗੱਲ ਹੈ ਥੋੜ੍ਹੀ ਸਬਜੈਕਟ ਤੋਂ ਬਾਅਦ ਗੱਲ ਕਰਦਾ। ਜਦੋਂ ਨਾ ਤੁਹਾਨੂੰ ਕੋਈ ਬਿਮਾਰੀ ਪੈਂਦੀ, ਤੁਸੀਂ ਹੋਸਪਿਟਲ ਬੈੱਡ 'ਤੇ ਪਏ, ਜਾਂ ਤੁਹਾਨੂੰ ਕੋਈ ਤਕਲੀਫ ਆਉਂਦੀ ਕਿਸੇ ਤਰ੍ਹਾਂ ਦੀ, ਰੱਬ ਨਾ ਕਰਕੇ ਆਏ, ਉਸ ਦਫ਼ਾ ਆਦਮੀ ਹਮੇਸ਼ਾ ਰੱਬ, ਮੈਂ ਤਾਂ ਕੁਛ ਕੀਤਾ ਨਹੀਂ ਹੈ, ਮੈਨੂੰ ਕਿਉਂ ਦਿੱਤੀ ਤਕਲੀਫ। ਹਾਂਜੀ ਹਾਂਜੀ ਭਾਜੀ, ਅਗਰ ਤੁਸੀਂ ਸੀਰੀਅਸਲੀ ਸੋਚੋ, ਕੁਛ ਤਾਂ ਹੋਇਆ ਹੋਏਗਾ। ਹਾਂ, ਕੁਛ ਤਾਂ ਜ਼ਰੂਰ ਹੋਇਆ ਹੋਊਗਾ, ਕਿਉਂਕਿ ਇੱਕ ਕੋਇੰਸੀਡੈਂਸ ਨਹੀਂ ਹੋ ਸਕਦਾ, ਹੈ ਨਾ, ਉਹਦਾ ਵਜ੍ਹਾ ਕੋਈ ਨਾ ਕੋਈ ਜ਼ਰੂਰ ਹੁੰਦੀ ਹੈ। ਬਿਲਕੁਲ, ਡੈਫੀਨਿਟਲੀ ਵਜ੍ਹਾ ਹੋਏਗੀ। ਹਾਂ, ਜੇ ਇਸ ਜਨਮ ਵਿੱਚ ਨਹੀਂ ਹੋਏਗੀ ਤਾਂ ਪਿਛਲੇ ਜਨਮ ਵਿੱਚ ਹੋਈ ਹੋਊਗੀ। ਅਸੀਂ ਸਾਰੇ ਜਣੇ ਹੱਥ ਖੜਾ ਕਰਕੇ ਕਹਿੰਦੇ ਜੀ, ਮੈਂ ਤਾਂ ਕਿਸੇ ਦਾ ਬੁਰਾ ਨਹੀਂ। ਮੈਂ ਭਾਜੀ, ਜਾਣੇ ਅਣਜਾਣੇ ਤੁਸੀਂ ਬੁਰਾ ਕੀਤਾ ਕਿਸੇ ਦਾ, ਉਹ ਬੰਦਾ ਤੁਸੀਂ ਇੱਥੇ ਭਰ ਕੇ ਜਾਂਦੇ ਹੋ ਇਸ ਜ਼ਮੀਨ ਦੇ ਉੱਪਰ। ਹਾਂਜੀ, ਹਿਸਾਬ ਕਿਤਾਬ ਦੇਣਾ ਪੈਂਦਾ, ਦੇਣਾ ਪੈਂਦਾ। ਦੈਟਸ ਰਾਈਟ। ਸੋ ਜਾਂ ਪਿਛਲੇ ਜਨਮ ਦਾ ਕੁਛ ਪ੍ਰੋਬਲਮ ਹੈ, ਜਾਂ ਉਹ ਤੋਂ ਵੀ ਪਿਛਲੇ ਜਨਮ ਦਾ ਹੋ ਸਕਦਾ, ਅਤੇ ਉਹ ਇਸ ਜਨਮ ਵਿੱਚ ਤੁਸੀਂ ਉਹ ਭੁਗਤ ਰਹੇ ਹੋ। ਮੁਸ਼ਕਿਲ ਹੈ ਲਾਈਫ ਨੂੰ ਸਮਝਣਾ, ਜੋ ਉੱਚੇ ਭਲਾ ਕਰੋ ਲੋਕਾਂ ਦਾ। ਓਨੈਸਟਲੀ ਡਾਕਟਰ ਜੀ, ਇਨਸਾਨ ਦੀ ਜ਼ਿੰਦਗੀ ਇੰਨੀ ਛੋਟੀ ਹੈ ਨਾ, ਕਿ ਤੁਸੀਂ ਕਿੰਨਾ ਭਲਾ ਕਰੋ ਉਹਦੀ ਸ਼ਾਬਾਸ਼ੀ ਨਹੀਂ ਮਿਲੇਗੀ, ਸ਼ਾਇਦ ਅਗਲੇ ਜਨਮ 'ਚ ਮਿਲੇਗੀ, ਸ਼ਾਇਦ ਅਗਲੇ ਜਨਮ ਮਿਲ ਜਾਏਗੀ। ਦੈਟਸ ਰਾਈਟ, ਸਾਨੂੰ ਕੋਈ ਪਤਾ ਨਹੀਂ ਹੈਗਾ, ਜਿਹੜਾ ਐਸ ਤੁਸੀਂ ਕਰੋਗੇ ਉਹਦਾ ਫਲ ਅਗਲੇ 'ਚ ਮਿਲੇਗਾ। ਹੋ ਸਕਦਾ ਜੀ, ਹੋ ਸਕਦਾ। ਯਾ, ਚਲੋ, ਉਮੀਦ ਰੱਖ ਕੇ ਤੁਸੀਂ ਅੱਛੇ ਕੰਮ ਕਰੇ, ਜੋ ਹੋ ਸਕਦਾ ਹੁਣ ਵੀ ਮਿਲ ਜਾਵੇ, ਵੱਡੀ ਗੱਲ ਨਹੀਂ ਹੈ। ਹਾਂਜੀ, ਕਈ ਹੈਗੇ ਆ ਜਿਹੜੇ ਤੁਸੀਂ ਚੰਗੇ ਕੰਮ ਕਰਦੇ, ਉਹਨਾਂ ਦਾ ਫਲ ਬਹੁਤ ਜਲਦੀ ਮਿਲ ਜਾਂਦਾ। ਹਾਂਜੀ, ਬਿਲਕੁਲ ਮਿਲ। ਹਾਂਜੀ, ਕਈ ਹੈਗੇ ਆ ਉਹ ਬਹੁਤ ਦੇਰ ਬਾਅਦ ਮਿਲਦਾ, ਕਈ ਹੈਗੇ ਜਿਹਨਾਂ ਦਾ ਅਗਲੇ ਜਨਮ ਵਿੱਚ ਵੀ ਮਿਲ ਸਕਦਾ। ਪਰ ਫਲ ਨਾਲੋਂ ਜਲਦੀ ਮਿਲਣ ਨਾਲੋਂ ਨੁਕਸਾਨ ਛੇਤੀ ਹੁੰਦਾ ਸਭ ਤੋਂ ਪਹਿਲਾਂ, ਇਹ ਪੱਕੀ ਗੱਲ ਹੈਗੀ ਹੈ, ਤੁਹਾਨੂੰ ਦੱਸ ਦੋ ਬਾਈ। ਦੈਟਸ ਰਾਈਟ, ਦੈਟਸ ਰਾਈਟ, ਕਿ ਸਾਨੂੰ ਸੁਬਾਹ ਕਰੋ, ਸ਼ਾਮ ਨੂੰ ਤੁਹਾਨੂੰ ਉਹਦਾ ਰਿਜ਼ਲਟ ਮਿਲ ਜਾਂਦਾ। ਹਾਂ, ਦੈਟਸ ਰਾਈਟ, ਸਾਨੂੰ ਕੋਈ ਹੁਣ ਵਧੀਆ ਚੀਜ਼ ਮਿਲ ਜਾਵੇ, ਸਾਨੂੰ ਸਾਹਮਣੀ ਨਹੀਂ ਆਉਂਦੀ ਕਈ ਵਾਰ, ਨਹੀਂ ਆਉਂਦੀ ਪ੍ਰੋਬਲਮ। ਹਾਂਜੀ, ਦੈਟਸ ਰਾਈਟ, ਫਿਰ ਅਸੀਂ ਸ਼ੁਕਰਾਨਾ ਵੀ ਨਹੀਂ ਕਰਦੇ ਰੱਬ ਦਾ, ਸ਼ੁਕਰਾਨਾ ਵੀ ਕਰਨਾ ਭੁੱਲ ਜਾਂਦੇ ਹਾਂ। ਜਦੋਂ ਕੰਪਲੇਨ ਕਰਨੀ ਉਹ ਫਟਾਫਟ ਭੁੱਲਦੇ ਹੋ, ਕਰਦੇ ਹੀ ਨਹੀਂ ਅਸੀਂ, ਹਨਾ। ਇਹ ਤਾਂ ਹਿਊਮਨ ਨੇਚਰ ਆ ਨਾ, ਹਰੇਕ ਚੀਜ਼ ਬਾਰੇ ਕੰਪਲੇਨ ਜ਼ਰੂਰੀ ਕਰਨਾ ਆ, ਅਪਰੀਸ਼ੀਏਟ ਘੱਟ ਕਰਨਾ ਆ। ਡਾਕਟਰ ਜੀ, ਹੁਣ ਆਪਾਂ ਹਕੀਕਤ ਵੱਲ ਆਈਏ, ਜਿੱਥੇ ਆਪਾਂ ਪਲੈਨਟ ਉੱਪਰ ਰਹਿੰਦੇ ਹਾਂ, ਬਿਮਾਰੀਆਂ ਨਾਲ ਕੋਈ ਕਮੀ ਨਹੀਂ ਹੈਗੀ, ਬੇਸ਼ੁਮਾਰ। ਇਹ ਕਈ ਕਹਿੰਦੇ ਨਾ, ਬੰਦਾ ਪੈਸਾ ਕਮਾਉਂਦਾ, ਇਹ ਇੱਜ਼ਤ ਕਮਾਉਂਦਾ, ਉਹ ਕਮਾਉਂਦਾ, ਇਹ ਤਾਂ ਤੁਹਾਨੂੰ ਮਿਲ ਜਾਣੀ ਅਗਰ ਤੁਸੀਂ ਥੋੜ੍ਹਾ ਆਪਣਾ ਜਿਸਮ ਨੂੰ ਨਹੀਂ ਲੁੱਕ ਆਫਟਰ ਕੀਤਾ। ਡਾਕਟਰ ਜੀ, ਦੋ ਤਿੰਨ ਗੱਲਾਂ। ਇੱਕ ਤਾਂ ਨਾ, ਜਿਹੜਾ ਇਹਦੇ ਗੋਡਿਆਂ ਦੀ ਨਾ, ਬਹੁਤ ਲੋਕਾਂ ਨੂੰ ਨਾ ਉਹਦੀ ਤਕਲੀਫ ਹੈਗੀ ਹੈ, ਔਰ ਤੁਹਾਨੂੰ ਪਤਾ, ਐਵਰੀਬੋਡੀ ਨੋਜ਼, ਕਿ ਮੰਦਾ ਤਾਂ ਮੈਜੋਰਿਟੀ ਜਿਹਨਾਂ ਨੂੰ ਹੈ, ਅਤੇ ਜਿਹੜੇ ਡਾਕਟਰ ਹੈਗੇ ਕਹਿੰਦੇ ਕਿ ਤੁਸੀਂ ਓਪਰੇਸ਼ਨ ਦਾ ਇਲਾਜ ਐਂਡ ਦੇ ਵਿੱਚ। ਹਾਂਜੀ ਹਾਂਜੀ, ਦੈਟਸ ਰਾਈਟ। ਸੋ ਇਹ ਜਦੋਂ ਓਪਰੇਸ਼ਨ ਦੀ ਸਲਾਹ ਦਿੰਦੇ ਆ, ਫਿਰ ਉਹਦਾ ਮਤਲਬ ਉਹਨਾਂ ਓਸਟੀਓਥਰਾਈਟਿਸ ਹੋਇਆ ਹੁੰਦਾ, ਅਤੇ ਓਸਟੀਓਥਰਾਈਟਿਸ, ਇਹਦਾ ਮਤਲਬ ਇਹ ਹੈਗਾ ਵੀ ਉਹ ਜੋੜ ਦੇ ਵਿਚਾਲੇ ਜਿਹੜੀ ਕਾਰਟਲੇਜ ਹੁੰਦੀ ਆ, ਜਿਹੜੀ ਕੁਸ਼ਨਿੰਗ ਇਫੈਕਟ ਕਰਦੀ ਆ, ਉਹ ਘੱਸ ਜਾਂਦੀ ਆ। ਜਦੋਂ ਖਤਮ ਹੋ ਜਾਂਦੀ ਆ, ਤਾਂ ਫਿਰ ਜਿਹੜੀਆਂ ਦੋਨੇ ਹੱਡੀਆਂ ਇੱਕ ਦੂਜੇ ਦੇ ਨਾਲ ਰਗੜਨ ਲੱਗ ਪੈਂਦੀਆਂ ਆ, ਅਤੇ ਫਿਰ ਪੇਨ ਬਹੁਤ ਹੁੰਦਾ ਆ। ਜਦੋਂ ਕੋਮਨ ਇੱਥੇ ਬਹੁਤ ਜ਼ਿਆਦਾ ਆ, ਕਿਉਂਕਿ ਇੱਕ ਤਾਂ ਇੱਥੇ ਦਾ ਕਲਾਈਮੇਟ ਨਹੀਂ ਠੀਕ ਹੈਗਾ ਇਸ ਮੁਲਕ ਦਾ। ਹਾਂਜੀ, ਦੂਸਰੀ ਗੱਲ ਇਹ, ਸਾਡੀ ਡਾਇਟ ਜਿਹੜੀ ਆ ਉਹ ਬਹੁਤ ਖਰਾਬ ਹੋ ਚੁੱਕੀ ਆ। ਹਾਂਜੀ,
ਅਤੇ ਰਿਫਾਈਨਡ ਫੂਡਸ ਜਿਹੜੇ ਜ਼ਿਆਦਾ ਖਾਂਦੇ ਹਾਂ ਅਤੇ ਜਿੱਦਾਂ ਆਪਾਂ ਲਾਸਟ ਟਾਈਮ ਕੀਤਾ ਸੀ ਨਾ ਫੈਟਸ ਐਂਡ ਓਇਲਸ 'ਤੇ ਕੀਤਾ ਸੀ ਅਤੇ ਉਹ ਜਿਹੜੇ ਕੁਕਿੰਗ ਓਇਲ ਵਰਤ ਰਹੇ ਆ ਨਾ ਉਹਨਾਂ ਨਾਲ ਬਹੁਤ ਪ੍ਰੋਬਲਮ ਪੈ ਰਿਹਾ ਹਾਂਜੀ ਸੋ ਉਹ ਟਿਸ਼ੂ ਜਿਹੜੇ ਡੀਜਨਰੇਸ਼ਨ ਹੋ ਜਾਂਦੇ ਆ ਇੱਕ ਅਸੀਂ ਆਪਣੇ ਢਿੱਡ ਦਾ ਵੇਟ ਬਹੁਤ ਪਾਇਆ ਹੁੰਦਾ ਗੋਡਿਆਂ 'ਤੇ ਹਾਂਜੀ ਦੈਟਸ ਰਾਈਟ ਇੱਕ ਓਵਰ ਵੇਟ ਓਬੀਸਿਟੀ ਜਿਹੜੀ ਆ ਹਾਂਜੀ ਇਹ ਤਾਂ ਹੁਣ ਜੇ ਯੂ ਐੱਸ ਏ 'ਚ ਦੇਖ ਲਓ ਉੱਥੇ ਮੋਸਟ ਪੀਪਲ ਆ ਓਵਰ ਵੇਟ ਹਾਂਜੀ ਕਿਉਂਕਿ ਉਹਨਾਂ ਦਾ ਖੁਰਾਕ ਬਹੁਤ ਜ਼ਿਆਦਾ ਆ ਅਤੇ ਜਿਹੜੀ ਖੁਰਾਕ ਵੀ ਖਾਂਦੇ ਬਹੁਤ ਗਲਤ ਖੁਰਾਕ ਖਾਂਦੇ ਆ ਫਾਸਟ ਫੂਡਸ ਬਹੁਤ ਖਾਂਦੇ ਉਹ ਅਤੇ ਬਾਕੀ ਸਾਰੇ ਰਿਫਾਈਨਡ ਫੂਡਸ ਆ ਸੋ ਇਹਦੇ ਨਾਲ ਭਾਰ ਜ਼ਿਆਦਾ ਹੋ ਜਾਂਦਾ ਅਤੇ ਉਹ ਭਾਰ ਤਾਂ ਗੋਡਿਆਂ 'ਤੇ ਪੈਣਾ ਸਾਰਾ ਹਾਂਜੀ ਸੋ ਇਹਦੇ ਲਈ ਅਸੀਂ ਹੋਮਿਓਪੈਥੀ ਦਵਾਈ ਵੀ ਦੇਈਦੀ ਆ ਅਤੇ ਜੇ ਬਹੁਤੀ ਬਿਮਾਰੀ ਨਾ ਵਧੀਆ ਹੋਵੇ ਹੈ ਨਾ ਫਿਰ ਉਹਨਾਂ ਦਾ ਗੁੱਡ ਚਾਂਸ ਹੈਗਾ ਆ ਅਸੀਂ ਕੁਛ ਸਪਲੀਮੈਂਟਸ ਫੋਰਮੂਲੇਟ ਕੀਤੇ ਆ ਜਿਹੜੇ ਅਸੀਂ ਉਹ ਦੇਈਦੇ ਪਏ ਉਹ ਟਿਸ਼ੂ ਜਿਹੜਾ ਰੀਜਨਰੇਟ ਹੋ ਜਾਵੇ ਅਤੇ ਕਾਫੀ ਲੋਕਾਂ ਨੂੰ ਦਿੱਤੇ ਹੈਗੇ ਅਤੇ ਆਲਰੇਡੀ ਉਹਨਾਂ ਦੇ ਰਿਜ਼ਲਟ ਕਾਫੀ ਵਧੀਆ ਆ ਰਹੇ ਆ ਡਾਕਟਰ ਆਮ ਲੋਕ ਦੇਖਦਾ ਸਭ ਤੋਂ ਪਹਿਲਾਂ ਆਪਰੇਸ਼ਨ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਪਤਾ ਨਹੀਂ ਠੀਕ ਹੋਣਾ ਨਹੀਂ ਹੋਣਾ ਕਿਉਂਕਿ ਗਰੰਟੀ ਨਹੀਂ ਦਿੰਦੇ ਕੋਈ ਵੀ ਟੀਮ ਜਿਹੜੀ ਹੁੰਦੀ ਹੈ ਮਾਲਿਸ਼ ਨੂੰ ਚਲੇ ਜਾਂਦੇ ਉਹਦੇ ਨਾਲ ਫਰਕ ਪੈਂਦਾ ਮਾਲਿਸ਼ ਨਾਲ ਆਸਟੀਓਆਰਥਰਾਈਟਿਸ ਵਿੱਚ ਮਾਲਿਸ਼ ਨਾਲ ਨਹੀਂ ਫਰਕ ਪੈਂਦਾ ਨਹੀਂ ਨਾ ਫਰਕ ਨਹੀਂ ਜੀ ਨਹੀਂ ਨਹੀਂ ਜੇ ਗੋਡੇ ਦੇ ਆਲੇ ਦੁਆਲੇ ਜਿਹੜੇ ਹੁੰਦੇ ਟੈਂਡਨਸ ਲਿਗਮੈਂਟਸ ਵਗੈਰਾ ਅਤੇ ਉੱਥੇ ਪ੍ਰੋਬਲਮ ਹੋਵੇ ਤਾਂ ਮਾਲਿਸ਼ ਨਾਲ ਫਰਕ ਪੈਂਦੀ ਆ ਨਹੀਂ ਤਾਂ ਮੈਨੂੰ ਬਹੁਤ ਲੋਕਾਂ ਨੇ ਦੱਸਿਆ ਕਹਿੰਦੇ ਅਸੀਂ ਕਦੇ ਕਿਸੇ ਚੀਜ਼ ਨਾਲ ਮਾਲਿਸ਼ ਕੀਤੀ ਕਦੇ ਕਿਸੇ ਚੀਜ਼ ਨਾਲ ਮਾਲਿਸ਼ ਕੀਤੀ ਪਰ ਫਰਕ ਕਿਸੇ ਚੀਜ਼ ਨਾਲ ਨਹੀਂ ਪੈਂਦਾ ਉਹਦਾ ਹੋਮਿਓਪੈਥ ਹੈ ਥੋੜ੍ਹਾ ਬਹੁਤਾ ਸਾਡੇ ਕੋਲ ਹੈਗਾ ਸਪਲੀਮੈਂਟਸ ਪਲੱਸ ਹੋਮਿਓਪੈਥਿਕ ਮੈਡੀਸਨ ਉਹ ਜ਼ਰੂਰ ਹੈਲਪ ਕਰਦੀ ਹੈ ਬਹੁਤ ਲੋਕਾਂ ਦੀ ਹੈਲਪ ਕੀਤੀ ਹੈ ਆਲਰੇਡੀ ਤੁਹਾਨੂੰ ਪਤਾ ਕਈ ਲੋਕਾਂ ਨੇ ਫੋਨ ਕਰਕੇ ਵੀ ਦੱਸਿਆ ਸਾਨੂੰ ਫਰਕ ਪਿਆ ਅਤੇ ਸੋ ਚਾਂਸ ਹੈਗਾ ਵੀ ਜੇ ਬਿਮਾਰੀ ਨਹੀਂ ਵਧੀ ਹੈਗੀ ਤਾਂ ਗੁੱਡ ਚਾਂਸ ਹੈਗਾ ਰਿਵਰਸ ਹੋ ਸਕਦੀ ਆ ਜੇ ਜ਼ਿਆਦਾ ਵਧੀ ਆ ਤਾਂ ਫਿਰ ਚਾਂਸ ਘੱਟ ਜਾਂਦਾ ਮੈਂ ਦੂਜਾ ਸਵਾਲ ਕਰਨ ਤੋਂ ਪਹਿਲਾਂ ਮੈਂ ਜ਼ਰਾ ਟੈਲੀਫੋਨ ਨੰਬਰ ਰਿਪੀਟ ਕਰ ਦਿੰਦਾ ਪਹਿਲੇ ਸਾਡਾ ਸਕਰੀਨ 'ਤੇ ਵੀ ਆਉਂਦਾ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਜ਼ਰਾ ਡਿਫਰੈਂਟ ਡਿਫਰੈਂਟ ਬਿਮਾਰੀ ਦਾ ਤੁਸੀਂ ਕਾਲ ਕਰੋ ਔਰ ਹਮੇਸ਼ਾ ਮੈਂ ਕਹਿੰਦਾ ਹੁੰਦਾ ਪਲੀਜ਼ ਤੁਸੀਂ ਲਾਸਟ ਮਿੰਟ ਨਾ ਛੱਡਿਆ ਕਰੋ ਕੋਸ਼ਿਸ਼ ਕਰੋ ਛੇਤੀ ਕਾਲ ਕਰਿਆ ਕਰੋ 0012-551-1001 'ਤੇ ਕਾਲ ਕਰਕੇ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤੁਸੀਂ ਡਾਕਟਰ ਜੀ ਨੂੰ ਉਹਨਾਂ ਦਾ ਫਾਇਦਾ ਉਠਾਓ ਫਰੀ ਕੰਸਲਟੇਸ਼ਨ ਤੁਹਾਨੂੰ ਮਿਲਦੀ ਪਈ ਹੈ ਤੁਸੀਂ ਫੋਨ ਨਹੀਂ ਕਰਨਾ ਅੱਜ ਕੱਲ੍ਹ ਲੈਂਡਲਾਈਨ ਵੀ ਤਾਂ ਫਰੀ ਹੈਗੀ ਉਹ ਵੀ ਨਹੀਂ ਕੋਸਟ ਹੁੰਦਾ ਬਾਕੀ ਚੈਨਲ ਤੁਹਾਡੀ ਸੇਵਾ ਕਰ ਰਹੀ ਹੈ ਉਹ ਚੀਜ਼ ਦੀ ਰਿਸਪੈਕਟ ਕਰੋ ਔਰ ਹਮੇਸ਼ਾ ਮੈਂ ਕਹਿੰਦਾ ਆਪਣੀ ਚੈਨਲ ਨੂੰ ਸਪੋਰਟ ਕਰਿਆ ਕਰੋ ਤਾਂ ਕਿ ਜੋ ਚੈਨਲ ਕੰਮ ਕਰਦੇ ਆ ਤੁਹਾਡਾ ਭਲਾ ਕਰਦੇ ਤੁਸੀਂ ਚੈਨਲ ਦਾ ਭਲਾ ਕਰੋ ਤਾਂ ਕਿ ਇਸੇ ਇੱਦਾਂ ਦੇ ਹੋਰ ਪ੍ਰੋਗਰਾਮ ਜਿੱਥੇ ਨਾਲ ਤੁਹਾਡਾ ਫਾਇਦਾ ਹੋ ਸਕੇ ਡਾਕਟਰ ਜੀ ਇੱਕ ਹੋਰ ਹੈਗਾ ਕਿ ਜਿਹੜੀ ਨਾ ਲੌਂਗ ਕੋਵਿਡ ਉਹ ਜੇ ਤਰ੍ਹਾਂ 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 ਦੇ ਲੋਕਾਂ ਨੂੰ ਨਾ ਬਿਮਾਰੀਆਂ ਰਹਿ ਗਈਆਂ ਨੇ ਰੁਕ ਗਈਆਂ ਨੇ ਉਹ ਇੱਕ ਤਾਂ ਨਾ ਕੋਈ ਮੇਰਾ ਖਾਸ ਬੰਦੇ ਹੈਗੇ ਮੈਂ ਉਹ ਪ੍ਰੋਗਰਾਮ ਦੇਖਦੇ ਉਹਨਾਂ ਦਾ ਨਾਮ ਨਹੀਂ ਲੈਂਦਾ ਅਤੇ ਉਹਨਾਂ ਦਾ ਫੋਨ ਆਇਆ ਸੀਗਾ ਉਹਨਾਂ ਨੂੰ ਹੈਲਦੀ ਹੈ ਵੈਰੀ ਫਿਟ ਗਾਏ ਪਰ ਅਸਮੈਟਿਕ ਹੈਗੇ ਨੇ ਪਰ ਉਹ ਵੀ ਉਹਨਾਂ ਨੂੰ ਇਨਹੇਲਰ ਦੋ ਤਿੰਨ ਮਹੀਨਿਆਂ ਬਾਅਦ ਇੱਕ ਅੱਧੀ ਦਫ਼ਾ ਲੈਣਾ ਪੈਂਦਾ ਇਹ ਵੀ ਨਹੀਂ ਕਿ ਮਹੀਨੇ 'ਚ ਇੱਕ ਦਫ਼ਾ ਵੀ ਚਲੋ ਤੁਸੀਂ ਕਹਿ ਲਵੋ ਪਰ ਉਹਨਾਂ ਨੂੰ ਕੋਵਿਡ ਹੋਇਆ ਸੀ ਉਹਨਾਂ ਨੂੰ ਐਵਰੀ ਡੇ ਇਨਹੇਲਰ ਯੂਜ਼ ਕਰਨਾ ਪੈਂਦਾ ਹਾਂਜੀ ਹਾਂਜੀ ਦੈਟਸ ਰਾਈਟ ਸੋ ਇਹ ਲੌਂਗ ਕੋਵਿਡ ਨਾਲ ਬਹੁਤ ਹੀ ਲੋਕਾਂ ਨੂੰ ਇੱਦਾਂ ਦਾ ਪ੍ਰੋਬਲਮ ਆਇਆ ਜਿਨ੍ਹਾਂ ਨੂੰ ਸਾਹ ਦਾ ਪ੍ਰੋਬਲਮ ਨਹੀਂ ਵੀ ਸੀਗਾ ਉਹਨਾਂ ਨੂੰ ਵੀ ਸਾਹ ਦਾ ਪ੍ਰੋਬਲਮ ਆ ਗਿਆ ਹੁਣ ਉਹਦੇ ਨਾਲ ਹਾਂਜੀ ਦੈਟਸ ਰਾਈਟ ਅਤੇ ਕਿਉਂਕਿ ਇਹ ਜ਼ਿਆਦਾ ਫੇਫੜਿਆਂ 'ਤੇ ਅਟੈਕ ਕੀਤਾ ਸੀ ਇਸ ਵਾਇਰਸ ਨੇ ਅਤੇ ਉਹਨਾਂ ਦੇ ਫੇਫੜਿਆਂ ਦੇ ਵਿੱਚ ਕੁਛ ਸਟਰਕਚਰ ਜਿਹੜਾ ਬਦਲ ਗਿਆ ਉਹਨੂੰ ਗਰਾਊਂਡ ਗਲਾਸ ਚੇਂਜਸ ਕਹਿੰਦੇ ਆ ਅਤੇ ਉਹਦੇ ਨਾਲ ਉਹ ਸਟਰਕਚਰ ਬਦਲਣ ਦੇ ਨਾਲ ਉਹਦੇ ਸੋਜ ਪੈ ਜਾਂਦੀ ਹੈ ਅਤੇ ਸਕਲੋਰੋਸਿਸ ਜਿਹਨੂੰ ਕਹਿੰਦੇ ਫਾਈਬਰੋਸਿਸ ਉਹ ਸਟਰਕਚਰ ਬਦਲ ਜਾਂਦਾ ਲੰਗਸ ਦਾ ਹਾਂਜੀ ਅਤੇ ਇਹਦੇ ਨਾਲ ਫਿਰ ਉਹਨਾਂ ਨੂੰ ਸਾਹ ਚੜ੍ਹਦਾ ਜਦੋਂ ਵੀ ਤੁਰਦੇ ਆ ਜਾਂ ਕੋਈ ਕੰਮ ਕਰਦੇ ਆ ਸਾਹ ਚੜ੍ਹਦਾ ਹੈ ਅਤੇ ਜਾਂ ਖੰਘ ਵੀ ਆਉਂਦੀ ਰਹਿੰਦੀ ਹੈ ਸੋ ਇੱਦਾਂ ਦੇ ਕੇਸ ਸਾਡੇ ਕੋਲ ਆਲਰੇਡੀ ਆ ਚੁੱਕੇ ਕਾਫੀ ਅਤੇ ਅਸੀਂ ਇਹਦੇ ਲਈ ਖਾਸ ਇੱਕ ਦਵਾਈ ਬਣਾਈ ਸੀਗੀ ਕੋਵਿਡ ਲੌਂਗ ਕੋਵਿਡ ਲਈ ਅਤੇ ਬਹੁਤ ਵਧੀਆ ਕੰਮ ਕਰ ਰਹੀ ਆ ਅਤੇ ਮੋਸਟਲੀ ਲੋਕ ਠੀਕ ਹੋ ਜਾਂਦੇ ਆ ਹਾਂਜੀ ਕਾਫੀ ਤਰ੍ਹਾਂ ਤਰ੍ਹਾਂ ਦੀ ਲੌਂਗ ਕੋਵਿਡ ਲੋਕਾਂ ਨੂੰ ਸੀ ਮੈਨੂੰ ਪਤਾ ਆਪਣੇ ਕਈ ਭੈਣਾਂ ਨੇ ਰਿੰਗ ਕਰਕੇ ਵੀ ਦੱਸਿਆ ਉਹਨਾਂ ਨੂੰ ਫਰਕ ਪੈ ਗਿਆ ਸੀ ਉਹਨਾਂ ਦੀ ਦਵਾ ਦੇ ਨਾਲ ਹਾਂਜੀ ਦੈਟਸ ਰਾਈਟ ਉਹ ਮੋਸਟਲੀ ਜਿਹੜੇ ਸਾਡੇ ਕੋਲ ਕੇਸ ਆਏ ਸੀ ਉਹਨਾਂ ਨੂੰ ਲੰਗਸ ਦਾ ਹੀ ਪ੍ਰੋਬਲਮ ਹੋਇਆ ਸੀਗਾ ਅਤੇ ਜਾਂ ਉਹਨਾਂ ਨੂੰ ਸਾਹ ਚੜ੍ਹਦਾ ਸੀ ਜਾਂ ਥਕਾਵਟ ਰਹਿੰਦੀ ਸੀ ਬਹੁਤ ਅਤੇ ਜਾਂ ਉਹਨਾਂ ਨੂੰ ਫਿਰ ਖੰਘ ਨਹੀਂ ਸੀ ਹਟਦੀ ਅਤੇ ਐਂਡ ਵੀ ਗੋਟ ਕੁਆਇਟ ਗੁੱਡ ਰਿਜ਼ਲਟਸ ਆਈ ਹੋਪ ਤੁਸੀਂ ਪ੍ਰੋਗਰਾਮ ਦੇਖਦੇ ਹੋ ਦੇਖੋ ਜਿਸ ਗੁੱਡ ਨਿਊਜ਼ ਕਿਉਂਕਿ ਜਿਹੜੀ ਹੋਮਿਓਪੈਥ ਹੈਗੀ ਉਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਜੇ ਹੋਏਗਾ ਤਾਂ ਫਾਇਦਾ ਹੀ ਹੋਏਗਾ ਅਤੇ ਬੰਦਾ ਤਾਂ ਖਾਣਾ ਵੀ ਬਹੁਤ ਜ਼ਰੂਰੀ ਹੈ ਅਤੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਜਿੱਦਾਂ ਡਾਕਟਰ ਜੀ ਨੇ ਦੱਸਿਆ ਕਿ ਹਾਂ ਇਲਾਜ ਹੈਗਾ ਹੋ ਸਕਦਾ ਪਰ ਇਹ ਹੋ ਵੀ ਸਕਦਾ ਕਿ ਸਾਰਿਆਂ ਦਾ ਨਾ ਹੋਵੇ ਕਿਉਂਕਿ ਡਿਪੈਂਡ ਕਰਦਾ ਕੀ ਹੈਗਾ ਕੀ ਨਹੀਂ ਹੈਗਾ ਕਿੰਨੀ ਦੇਰ ਦੀ ਹੈਗੀ ਹੈ ਹਾਂਜੀ ਹਾਂਜੀ ਅਤੇ ਡਾਕਟਰ ਨੂੰ ਬੜੇ ਸਵਾਲ ਜਵਾਬ ਕਰਨੇ ਹੁੰਦੇ ਨੇ ਜੋ ਵਨ ਟੂ ਵਨ ਕੰਸਲਟੇਸ਼ਨ ਕਰਦੇ ਨੇ ਉਹ ਤੁਸੀਂ ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਕੇ ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 ਔਰ 11 ਤੁਸੀਂ ਡਾਕਟਰ ਨਾਲ ਗੱਲ ਕਰ ਸਕਦੇ ਹੋ ਹੁਣ ਤੁਸੀਂ ਕਾਲ ਕਰ ਸਕਦੇ ਹੋ 0121-551-1001 ਪਲੀਜ਼ ਕੀਪ ਕਾਲਿੰਗ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਸੀਂ ਆਪਣਾ ਪੁੱਛੋ
मैं बेशक कहना फायदा उठाओ डॉक्टर जी का जो हाथ है सारे पास घंटा प्रोग्राम होंगे मेरी तो कोशिश होंगी मेरे जिन्हें सवाल होंगे मैं ऑन योर बिहाफ में पूछता रहना डॉक्टर नूं ते बाकी तुसी भी अपना पूछो तो अच्छा लगेगा अगर थोड़ा कॉल हैगा ज़्यादा होर इंट्रस्टिंग हो जाता है होर लोगों की मदद हो जाती है जी डॉक्टर जी हाँ जी सो मेरे को भी कई कॉल आए थे तो वो पूछ रहे थे आप ओमेगा थ्री ऑयल्स बारे किया लास्ट वीक हाँ, प्रोग्राम भी हाँ, हाँ। कि अच्छे होंगे ऑयल्स कि माड़े होंगे आ तो वो फिर मैं एक पिक्चर बनाई हैगी तो वो लिस्ट देख सकते हैं आप हम स्क्रीन पर पावे वो लिस्ट तो जिदा अभी दसिया ओमेगा थ्री ऑयल्स जोड़े आ हाँ जी सो गुड फैट्स एंड बैड फैट्स तो देख सकते हैं तो फैट्स ज़्यादा खराब होंगे जेडे कैनोला ऑयल इनू यूएसए में कैनोला कहें इतने रेपसीड ऑयल कहें तो पंजाबी में इन तारा मीरा कहें हाँ जी तो सोया ऑयल सोया ऑयल सोया सॉस नहीं सोया सॉस नहीं जी वो होर चीज़ है ये एक्चुअली ऑयल कढ़िया होंगे हाँ हाँ जी अच्छा हाँ जी सनफ्लावर ऑयल कॉटन सीड ऑयल कॉर्न ऑयल जेड़ा मक्की तो बनाया हों ग्रेप सीड ऑयल सैफलर ऑयल तो इदा दीज़ा पहला पहला कहें होंगे सिक्सटी सैवनटीज़ में भी ये वधिया बटर ना खाया करो हाँ जी तो हुण बाद सानू पता लगा पे एक्चुअली ये जेड़े हैगे ना ऑयल्स ये थोड़े बॉडी नू डैमेज करते हैं इन ओमेगा सिक्स बहुत ज़्यादा होंगे तो ओमेगा सिक्स के नाल इनफ्लेमेशन हो जाती शरीर में हाँ जी सो तुहाडे ब्लड वैसल्स नू डैमेज कर रहे हैं तुहाडे हार्ट नू डैमेज कर रहे हैं तो इस वजह हार्ट अटैक ज़्यादा होंगे लोगों को अजकल तो एक बार फिर देखिए भाजी लिस्ट आप बाकी जो तुम घर देखते हो प्लीज ज़्यादा स्क्रीनशॉट ले लो एटलीस्ट फिर तुम्हें रिंग नहीं करना पेगा कि ऑयल चंगा कि माड़ा है हाँ जी सो जे वधिया है मैं तुम्हें एडवाइज़ करूँगा जो तुम कुकिंग बरतने तो तुम घ्यो वरतो या कोकोनट ऑयल वरतो हाँ जी दीज आर द बेस्ट थिंग्स फॉर कुकिंग जो तुम उदा पाना होंगे फूड में ऑयल बाद सैलड से तो उत्तर ऑलिव ऑयल वरत्या करो हाँ जी तो पीनट ऑयल मैं बाला नहीं रेकमेंड करता है कई लोगों को एलर्जी होंगी पीनट तो बिल्कुल हाँ जी उन्होंने बहुत सवेयर रिएक्शन हो सकता सो पीनट ऑयल प्लीज़ ना वरत्यो हाँ जी तो एनिमल फैट्स ये तो जेडे नॉन वैजीटेरियन ने एनिमल फैट्स बच सकते हैं पर गल यह है जेडे एनिमल फैट्स सानू कहिंदे हुंदे सीगे भी ये माड़े आ वो इन्ने माड़े नहीं है शरीर वास्ते हाँ जी इनफैक्ट द बैटर तो जेडे है रिफाइंड ऑयल्स वो सब तो भैड़े आ वो नुकसान करते शरीर को हाँ जी ये जो तुम दस जरा पीनट बटर है ऑयल जो ऑयल लिस्ट सारे दे देखिए वो हर बंद ने सूट नहीं करेगा क्योंकि जो उ दसिया कि गुड फैट बैड तो बैड वो तो नुकसान हैगा जो गुड है वो भी नुकसान कर सकते हैं अगेन थोड़ी बीमारियों से डिपेंड करता है अपनी जीपी ना चेक करके अपनी जो डायट चेंज करनी हमेशा वो करो हाँ जी हाँ जी दैट्स राइट सो यही है भाई हम कहते होंगे भाई हार्ट अटैक होंगे बटर के नाल हाँ जी एक प्रोपागेंडा किया गया कितना ट्रेंड चेंज हो गया चीज़ हाँ वैसे इट वॉज अ प्रोपागेंडा उन्हें अपनी मार्जरीन बात बेचनी सी रिफाइंड ऑयल्स बरतने से बिजनेस जो इंडस्ट्रियल बिजनेस से उन्हें यह प्रोपागेंडा शुरू कर दिता पे बटर दे खराब आ ये ना वरतो तो ऑयल वरतो हाँ जी तो हूँ पता लगता पे वह बिल्कुल गलत सी इट्स द रिवर्स इज ट्रू हाँ जी तो जेडे आप दसे गुड फैट्स ये बॉडी ले एक्चुअली चंगे आ तो इन्हों में ओमेगा थ्री होंदा है जिहड़ा इनफ्लेमेशन सोज नू घट करता है हाँ जी तो जेडे है रिफाइंड ऑयल्स आ इन होंदा ओमेगा सिक्स ज़्यादा तो ये सोज बॉडी में ज़्यादा पैंदी है तो हार्ट नू ते खून दी नाड़ियों नू डैमेज कर रहा जी जिहड़ी मैडिकल रिसर्च करते हैं इंसान नू गिनी पिग बना देंगे उन्होंने टेस्ट करके उन्होंने थोड़ा नंबर लेके जो जिद उन्होंने सेल बधानी है वो एक नु खराब कह देंगे एक नु ठीक कह देंगे दैट्स राइट ओ फिगर्स मैनिपुलेट कर लेंगे मैनिपुलेट कर लेंगे ना फिर दैट्स राइट हां जी पर जुर्म है चीज दा बड़ी भैड़ी गल है जुर्म है दैट्स राइट बिल्कुल जुर्म है या जिद्दा हम तुहानू लिस्ट भी दिखाई है सी हुण गल करके थे जेड़े गुड फैट हैगे ने गुड है भी है उन्हां च नुकसान भी डॉक्टर जी एक जरूरी गल है जिद्दा किसी चीज का फायदा उहदा नुकसान भी हैगा कि तुसी किस तरह कंज्यूम करदे हो उन्हूं जे तुहानू कहता कि बड़ा चंगा हैगा तुसी उन्हूं जोर सुबह शाम कर दवो ते वो भी तो फिर नुकसान होगा तो हाँ जी जैसे तुसी ज़्यादा वरतो कोई भी चीज़ ज़्यादा वरतो ओवर द टॉप वरतदे हो तो नुकसान तो हुंदा ही है हाँ जी सो जिहड़ी भी वरतनी चाहिए हिसाब की वरतनी पैंदी है भी जिदा तुम कहने हरेक नूं हरेक चीज़ नहीं सूट करती हैगी तुसी आप देखना जिन्हों एलर्जीस हैगी है वह जिदा मैं कहा पाया पीनट ऑयल ना वरतन हाँ जी करके हाईली एलर्जिक है कई लोगों को तो बहुत बैड रिएक्शन होंगे कई पीनट्स तो
ਪਰ ਜੇ ਦੂਸਰੀ ਗੱਲ ਤੇ ਤੁਸੀਂ ਜਿਹੜਾ ਵੀ ਆਇਲ ਹੈਗਾ ਤੁਸੀਂ ਕਿਸੇ ਆਪਣੀ ਵੈਬਸਾਈਟ ਤੇ ਪਾ ਕੇ ਤੁਸੀਂ ਰਿਸਰਚ ਕਰ ਸਕਦੇ ਹੋ। ਹਾਂ ਬਿਲਕੁਲ ਬਿਲਕੁਲ, ਅੱਜ ਕੱਲ ਦੇਖੋ ਇੰਟਰਨੈਟ ਹੈਗਾ, ਤੁਸੀਂ ਕੁਛ ਵੀ ਲੱਭ ਸਕਦੇ ਆ। ਬਿਲਕੁਲ ਬਿਲਕੁਲ, ਤੇ ਡਾਕਟਰ ਰਾਜ ਹਰ ਜਗ੍ਹਾ ਦੀ ਇੰਟਰਨੈਟ ਤੇ ਬੈਠੇ ਨੇ, ਹੈ ਸਾਰੇ ਜਵਾਬ ਦੇਣ ਵਾਲੇ, ਜਿਹਨੂੰ ਮਰਜ਼ੀ ਪੁੱਛ ਲਵੋ। ਦੈਟਸ ਰਾਈਟ, ਲੋਟ ਆਫ ਇਨਫੋਰਮੇਸ਼ਨ। ਅਤੇ ਸੋ ਲਾਸਟ ਟਾਈਮ ਦਰਸ਼ਕ ਨੇ ਕਿਹਾ ਸੀ ਭਾਈ ਤੁਸੀਂ ਬਲੱਡ ਪ੍ਰੈਸ਼ਰ 'ਤੇ ਕਰਿਓ ਪ੍ਰੋਗਰਾਮ, ਪਲੀਜ਼। ਹਾਂ ਹਾਂਜੀ, ਸੋ ਮੈਂ ਥੋੜ੍ਹੇ ਜਿਹੇ ਨੋਟਸ ਬਣਾਏ ਹੈਗੇ ਆ ਅਤੇ ਉਹ 'ਤੇ ਆਪਾਂ ਥੋੜ੍ਹੀ ਜਿਹਾ ਜਾਣਕਾਰੀ ਦਿੰਦੇ ਹਾਂ। ਸੋ ਬਲੱਡ ਪ੍ਰੈਸ਼ਰ ਇਹਨੂੰ ਸਾਇਲੈਂਟ ਡਿਜ਼ੀਜ਼ ਵੀ ਕਹਿੰਦੇ ਆ, ਕਰਕੇ ਕਈ ਲੋਕ ਹੈਗੇ ਆ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਬਲੱਡ ਪ੍ਰੈਸ਼ਰ ਹਾਈ ਆ। ਹਾਂਜੀ, ਸੋ ਕਈਆਂ ਦੇ ਸਿਮਟਮ ਖਾਸ ਨਹੀਂ ਆਉਂਦੇ ਹੈਗੇ। ਹਾਂਜੀ, ਅਤੇ ਉਹਨਾਂ ਲਾਈਫ ਸਟਾਈਲ ਹੁੰਦਾ ਹੈ, ਬਿਜ਼ੀ ਹੋ ਚ ਕਿਤੇ ਸਿਰ ਦੁਖਿਆ, ਉਹਨੇ ਕਹਿਣਾ ਚਲੋ ਉਹਦੇ ਮੈਂ ਬਿਜ਼ੀ ਕਰਕੇ ਬਹੁਤ ਕੰਮ ਕੀਤਾ ਤਾਂ ਮੇਰਾ ਸਿਰ ਦੁਖਿਆ, ਅਤੇ ਪਰ ਉਹ ਇਗਨੋਰ ਕਰਦੇ ਰਹਿੰਦੇ ਆ। ਅਤੇ ਜਦੋਂ ਫਿਰ ਕੁਛ ਸੀਰੀਅਸ ਹੋ ਜਾਂਦਾ ਫਿਰ ਇਹ ਪਤਾ ਲੱਗਦਾ ਵੀ ਉਹਨੂੰ ਤਾਂ ਬਲੱਡ ਪ੍ਰੈਸ਼ਰ ਸੀਗਾ। ਹਾਂਜੀ, ਸੋ ਇੱਦਾਂ ਦੇ ਜੇ ਸਿਮਟਮ ਆਉਂਦੇ ਰਹਿੰਦੇ ਆ ਵੀ ਸਿਰ ਭਾਰਾ ਭਾਰਾ ਰਹਿੰਦਾ ਆ ਜਾਂ ਸਿਰ ਦੁਖਦਾ ਰਹਿੰਦਾ ਹਰ ਰੋਜ਼, ਹਾਂਜੀ, ਜਾਂ ਚੱਕਰ ਆਉਂਦੇ ਰਹਿੰਦੇ ਆ ਅਤੇ ਜਾਂ ਉਹ ਨੱਕ ਵਿੱਚੋਂ ਖੂਨ ਚੱਲ ਵਗਣ ਲੱਗ ਪੈਂਦਾ ਆ ਅਤੇ ਜਾਂ ਅੱਖਾਂ ਵਿੱਚ ਝੋਲਾ ਦਿਸਣ ਲੱਗ ਪੈਂਦਾ ਹੈ, ਇੱਦਾਂ ਦੀ ਇਗਨੋਰ ਨਹੀਂ ਕਰਨੇ ਚਾਹੀਦੇ ਸਿਮਟਮ। ਹਾਂਜੀ, ਅਤੇ ਇਹਦਾ ਚੈੱਕਅਪ ਕਰਾਉਣਾ ਚਾਹੀਦਾ। ਅਤੇ ਬਲੱਡ ਪ੍ਰੈਸ਼ਰ ਦੀ ਮਸ਼ੀਨ ਅੱਜ ਕੱਲ੍ਹ ਤਕਰੀਬਨ 20 ਪਾਉਂਡ ਦੀ ਆਉਂਦੀ ਆ। ਹਾਂਜੀ, ਤੁਸੀਂ ਘਰ ਲੈ ਕੇ ਰੱਖ ਸਕਦੇ ਹੋ, ਖੁਦ ਈਜ਼ੀ ਆ, ਇੱਕੋ ਹੀ ਬਟਨ ਦੱਬਣਾ ਪੈਂਦਾ ਹੈ, ਤੁਸੀਂ ਆਪਣਾ ਬਲੱਡ ਪ੍ਰੈਸ਼ਰ ਮੈਜ਼ਰ ਕਰ ਸਕਦੇ ਹਾਂ। ਹਾਂਜੀ, ਸੋ ਇਟਸ ਵੈਰੀ ਈਜ਼ੀ ਟੂ ਡੂ ਇਟ। ਅਤੇ ਬਲੱਡ ਪ੍ਰੈਸ਼ਰ ਦੇ ਇੱਦਾਂ ਦਾ ਕੰਟਰੋਲ 'ਚ ਹੋਣਾ ਚਾਹੀਦਾ ਆ। ਹਾਂਜੀ, ਕਿਉਂਕਿ ਨਹੀਂ ਕੰਟਰੋਲ 'ਚ ਹੁੰਦਾ ਫਿਰ ਤੁਹਾਡੀ ਸਿਹਤ ਕਾਫੀ ਖਰਾਬ ਹੋ ਸਕਦੀ ਆ। ਹਾਂਜੀ, ਅਤੇ ਜ਼ਿਆਦਾ ਹਾਈ ਹੋਵੇ ਉਹਦੇ ਨਾਲ ਤੁਹਾਨੂੰ ਹਾਰਟ ਅਟੈਕ ਵੀ ਹੋ ਸਕਦਾ, ਅਤੇ ਬਲੱਡ ਪ੍ਰੈਸ਼ਰ ਹਾਈ ਹੋਣ ਦੇ ਨਾਲ ਤੁਹਾਡੇ ਖੂਨ ਦੀਆਂ ਨਾੜੀਆਂ ਜਿਹੜੀਆਂ ਉਹ ਡੈਮੇਜ ਹੁੰਦੀਆਂ। ਜੇ ਤੁਸੀਂ ਇਗਜ਼ਾਮਪਲ ਤੁਹਾਨੂੰ ਦਿੰਦਾ ਪਈ, ਹੁਣ ਕੋਈ ਪਾਈਪ ਆ ਇੱਕ ਪਾਸੇ ਪੰਪ ਆ, ਹਾਂਜੀ, ਉਹ ਪੰਪ ਕਰ ਰਿਹਾ ਫਲੂਇਡ ਪਾਈਪ ਦੇ ਵਿੱਚ, ਰਾਈਟ, ਅਤੇ ਉਹ ਜੇ ਜ਼ਿਆਦਾ ਪ੍ਰੈਸ਼ਰ ਨਾਲ ਪੰਪ ਕਰ ਰਿਹਾ ਹੋਵੇ, ਹਾਂਜੀ, ਜਾਂ ਉਹ ਜਿਹੜੀ ਨਾੜੀ ਘੁੱਟਵੀਂ ਹੋਵੇ ਤਾਂ ਪ੍ਰੈਸ਼ਰ ਬਹੁਤ ਬਿਲਡਅਪ ਹੋ ਜਾਂਦਾ। ਹਾਂਜੀ, ਸੋ ਉਹ ਪਾਈਪ ਡੈਮੇਜ ਹੋ ਸਕਦਾ ਪ੍ਰੈਸ਼ਰ ਦੇ ਨਾਲ, ਅਤੇ ਜਿਹੜਾ ਪੰਪ ਆ ਉਹ ਵੀ ਡੈਮੇਜ ਹੋ ਸਕਦਾ। ਹਾਂਜੀ, ਸੋ ਇਸੇ ਤਰ੍ਹਾਂ ਹਾਰਟ ਵੀ ਡੈਮੇਜ ਹੋ ਸਕਦਾ ਅਤੇ ਖੂਨ ਦੀਆਂ ਨਾੜੀਆਂ ਜਿਹੜੀਆਂ ਜਿਹਨਾਂ ਵਿੱਚ ਖੂਨ ਪੰਪ ਹੁੰਦਾ ਹੈ ਉਹ ਵੀ ਡੈਮੇਜ ਹੋ ਸਕਦੀ ਆ। ਡਾਕਟਰ ਜੀ, ਬੜੇ ਡਿਫਰੈਂਟ ਡਿਫਰੈਂਟ ਕੋਜਿਸ ਹੈਗੇ ਨੇ ਬਲੱਡ ਪ੍ਰੈਸ਼ਰ ਦੇ, ਡਾਇਟ ਹੋ ਸਕਦੀ ਹੈ, ਆਪਣੀ ਸਟ੍ਰੈਸ ਹੋ ਸਕਦੀ, ਬੜਾ ਕੁਛ ਹੈਗਾ। ਹਾਂਜੀ, ਲੇਕਿਨ ਸਾਰਿਆਂ ਨੂੰ ਕਿਹੜੀ ਕਿਹੜੀ ਕਾਮਨ ਚੀਜ਼ ਹੈਗੀ ਹੈ? ਹਾਂਜੀ, ਸੋ ਮੋਸਟ ਕਾਮਨ ਇਹੀ ਆਪਾਂ ਜੀ ਸਟ੍ਰੈਸ ਦਾ, ਹਾਂ, ਲਾਈਫ ਸਟਾਈਲ ਜਿਹੜਾ ਹੈ, ਅਤੇ ਉਹ ਕਿਉਂਕਿ ਅੱਜ ਕੱਲ੍ਹ ਸਾਰੇ ਬਿਜ਼ੀ ਆ, ਜੋਬਸ 'ਤੇ ਸਟ੍ਰੈਸ ਬਹੁਤ ਆ। ਹਾਂਜੀ, ਜਿਹੜੇ ਇੰਪਲੋਇਸ ਉਹ ਜ਼ਿਆਦਾ ਕੰਮ ਲੈਂਦੇ ਲੋਕਾਂ ਤੋਂ ਅਤੇ ਸਟ੍ਰੈਸ ਬਹੁਤ ਰਹਿੰਦੀ ਆ, ਅਤੇ ਉਹਦੇ ਨਾਲ ਜਿਹੜੇ ਤੁਹਾਡੇ ਇਮੋਸ਼ਨਸ ਨਿਕਲਦੇ ਨਹੀਂ ਬਾਹਰ, ਅਤੇ ਘਰਾਂ 'ਚ ਵੀ ਕਾਫੀ ਸਟ੍ਰੈਸ ਰਹਿੰਦੀ ਲੋਕਾਂ ਦੇ। ਹਾਂਜੀ, ਕੋਈ ਨਾ ਕੋਈ ਫੈਮਿਲੀ ਪ੍ਰੋਬਲਮ ਪਿਆ ਰਹਿੰਦਾ, ਅਤੇ ਉਹ ਹੁਣ ਜੋ ਕੁਛ ਕਹਿਣਾ ਚਾਹੁੰਦੇ ਕਹਿ ਨਹੀਂ ਸਕਦੇ ਹੈਗੇ ਕਿਉਂਕਿ ਦੂਸਰਾ ਅਪਸੈਟ ਹੋ ਜਾਊਗਾ, ਅਤੇ ਉਹ ਜਿਹੜੀ ਇਮੋਸ਼ਨਸ ਅੰਦਰ ਹੀ ਰਹਿੰਦੇ ਆ ਤੁਹਾਡੇ, ਉਹਦੇ ਨਾਲ ਵੀ ਬਲੱਡ ਪ੍ਰੈਸ਼ਰ ਵੱਧਦਾ। ਆਪਾਂ ਕਾਲ ਲੈ ਲਈਏ, ਫਿਰ ਆਪਾਂ ਗੱਲ ਜਾਰੀ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਆਪਣਾ ਨਾਮ ਦੱਸੋਗੇ, ਕਿੱਥੋਂ ਬੋਲਦੇ ਹੋ? ਸੁਰਜੀਤ ਸਿੰਘ ਜੀ, ਤੁਹਾਡਾ ਸਵਾਗਤ ਕਰਦੇ ਹਾਂ। ਹੁਣ ਤੁਸੀਂ ਗੱਲ ਕਰੋ, ਸਿੱਧਾ ਡਾਕਟਰ ਜੀ ਜਵਾਬ ਦੇਣਗੇ। ਬੋਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਰਜੀਤ ਸਿੰਘ ਚਾਨਾ ਬੋਲ ਰਿਹਾ ਜੀ। ਡਾਕਟਰ ਸਾਹਿਬ, ਮੇਰੀ ਇੱਕ ਬੜੀ ਭਾਰੀ ਪ੍ਰੋਬਲਮ ਹੈਗੀ ਆ, ਤਾਂ ਕਾਫੀ ਦੇਰ ਤੋਂ ਮੈਨੂੰ ਪਿਸ਼ਾਬ ਦੀ ਪ੍ਰੋਬਲਮ ਹੈਗੀ ਆ, ਪਿਸ਼ਾਬ ਬਾਰ ਬਾਰ ਆਉਂਦਾ, ਅਤੇ ਰਾਤ ਵੀ 3-4 ਦਿਨ ਦਾ, ਦਿਨ 'ਚ ਕਈ ਦਫ਼ਾ ਘੰਟੇ ਘੰਟੇ ਬਾਅਦ ਆਉਂਦਾ ਰਹਿੰਦਾ ਹੈਗਾ। ਮੈਂ ਡਾਕਟਰ ਤੋਂ ਕੈਸੂ ਲਏ ਆ, ਫਾਈਬਰੀ ਲੈ ਕੇ ਦੇਖੇ, ਮੈਨੂੰ ਫਰਕ ਨਹੀਂ ਕੋਈ ਪਿਆ ਹੈਗਾ। ਸੋ ਪਲੀਜ਼, ਇੱਥੇ ਬਾਹਰ ਆਉਣਾ ਜਾਣਾ ਬਿਲਕੁਲ ਮੁਸ਼ਕਿਲ ਹੋ ਚੁੱਕਾ ਹੈਗਾ, ਸੋ ਪਲੀਜ਼ ਮੈਨੂੰ ਕੋਈ ਐਸਾ ਅਰੇਂਜਮੈਂਟ ਕਰਕੇ ਦਿਓ ਜਿਹਦੇ ਮੇਰੇ ਪਿਸ਼ਾਬ ਦੀ ਪ੍ਰੋਬਲਮ ਕੰਟਰੋਲ ਹੋ ਜਾਵੇ। ਹਾਂਜੀ ਹਾਂਜੀ, ਤੁਹਾਨੂੰ ਤੁਸੀਂ ਨਾਲ ਤੁਹਾਨੂੰ ਦੱਸ ਦੇਣਾ, ਆਪਣੀ ਮੈਡੀਕਲ ਹਿਸਟਰੀ ਤੁਹਾਨੂੰ ਦੱਸ ਦੇਣਾ। ਮੈਂ ਡਾਇਬੈਟਿਕ ਹਾਂ, ਮੈਟਾਫੋਰਮਲ ਲੈਣਾ, ਅਤੇ ਡਾਕਟਰ ਨੇ ਮੈਨੂੰ ਦਿੱਤੀ ਇਹ ਆਪਣੇ ਬਲੱਡ ਪ੍ਰੈਸ਼ਰ ਵਾਸਤੇ ਮੈਂ ਡੋਕਸੋਕਸੀਸੋਜ਼ਿਨ ਟੈਬਲੇਟ ਦਿੱਤੀਆਂ ਹੈਗੀਆਂ, ਅਤੇ ਇਹਦੇ ਵਾਸਤੇ ਜਵਾਬ ਦੇ ਦੋ। ਹਾਂਜੀ ਹਾਂਜੀ ਹਾਂਜੀ। ਅੱਛਾ ਭਾਜੀ, ਮੈਂ ਤੁਹਾਨੂੰ ਪੁੱਛਣਾ ਸੀ ਕਿ ਤੁਹਾਡਾ ਪ੍ਰੋਸਟੇਟ ਗਲੈਂਡ ਚੈੱਕ ਕੀਤਾ ਉਹਨੇ? ਪ੍ਰੋਸਟੇਟ ਗਲੈਂਡ ਜਿਹੜਾ ਹੁੰਦਾ ਉਹ ਚੈੱਕ ਕੀਤਾ ਕਿ ਨਹੀਂ ਜੀਪੀ ਨੇ? ਨਹੀਂ ਚੈੱਕ ਕੀਤਾ। ਹੈ ਨਾ,
सो एक तो गल प्रोस्टेट ग्लैंड चेक करना चाहिए क्योंकि वो काफ़ी वधिया होंगे कई बार वह ब्लैडर उत्ते प्रैशर पैंदा हाँ जी। तो दूसरी गल हैगी है तो शुगर अपनी चेक करते होंगे विदिन लिमिट्स रही अंडर कंट्रोल है ठीक है। सो इदा पे जी डायबैटिक्स है उन्होंने खास ये प्रॉब्लम आता है जहाँ तो जो ब्लैडर है वह स्लैक हो जाता है हाँ जी तो ब्लैडर का वाल्व हों स्फिंक्टर मसल वो स्लैक होने करके भी पेशाब बार बार आता रहा जहाँ पे थोड़ी खून में हले भी शुगर काफ़ी हैगी हाँ जी शुगर हाँ ठीक है हाँ जी हाँ जी तो चलो ठीक है तुम दवाइया लें शुगर वास्ते जिन्ना को नहीं दस्या उन्ना कंट्रोल में हैगा आ पर जोड़ा कंट्रोल दस दे हरेक सेम नहीं होंगे है एक्चुअली हाँ इन्हें तो एक एक स्टैंडर्ड बनाया ना भी जे इन्नी तो विचाले हैगा तो ठीक है पर हरेक इंसान जोड़ा रिस्पोंस अलग हों सो हो सकता भी थोड़ी थोड़ी जी होर एडजस्टमेंट करनी पवे अकाल चैनल जी सुरजीत सिंह के प्रोग्राम देखते रहो अच्छी थोड़ी होर चर्चा करेंगे फोन रख देवो हम तुम टी वी के सामने बैठ जाओ डॉक्टर जी ये भी मेरा नैक्सट सवाल से जो डायबिटिक उन्होंने विषावता तो होंगे नंबर वन एक होंगे कि दिन टाइम तो घट हों रात ज़्यादा होंगे ये क्यों है हाँ जी दैट्स राइट सो नाइट टाइम जो ज़्यादा होंगे यदा मतलब हैगा भी जो तुम शाम को कुछ खाने पीने है ना तो डायबैटिक्स नू खास करके ज़्यादा होंदा है प्रोसैस होंगी शुगर जी है ना पूरी प्रोसैस नहीं होंगी हैगी फिर पेशावरा निकलनी होंगी है तो जिदा आप दसिया ना भी इन्नी स्टैंडर्ड बनाए आ भी जे बिटवीन दिस फिगर एंड दिस फिगर इज अ नॉर्मल पर हरेक लिए नॉर्मल सो इंडिविजुअल तौर पर कई बार नहीं सही होंगे वो जो डॉक्टर जी बहुत इंपॉर्टेंट गल है जिदा ऑफिशियल रीडिंग बनाई है तुसी कहने मेरे जिदा भाजी सुरजीत सिंह ने कहा कि मेरी कंट्रोल हैगी उन्होंने बॉडी मुताबिक शायद कंट्रोल नहीं है कंट्रोल दैट्स द रीजन फॉर इट हां जी शुगर करके इन्होंने बार बार पेशाब आता है मतलब दे कॉल है कि जल्दी फिर गल करते हैं हेलो जी सत श्री अकाल हाँ जी ड्रॉप हो गया हाँ जी भाई कोशिश करते रहो हाले बड़ा टाइम है सो इदा की गल जी जो थायरॉयड ग्लैंड है वो बहुत इदा के केस आते भाजी अच्छा हाँ उन्होंने ज टेस्ट करते कहें थायरॉयड लो आने टैबलेट लैनी पैनी है हाँ जी थायरोक्सीन तो वो जो थायरोक्सीन लेंदे तो उन्होंने बहुत ही वो इफेक्ट होंगे उन्ना थायरोक्सीन हों मैटाबोलिक रेट कंट्रोल कर लिया हों सही तरीके चले तो पर जो थायरोक्सीन लेंदे उन्होंने रेट बहुत ज़्यादा बढ़ जाता है उन्हें दिल धड़कन लग पैंदा है हाँ जी तो उन्हें भुख बहुत लगन लग पैंदी है ओवर एक्टिव हो जाती बॉडी जाने के तो उन्हें नहीं सूट करता है पर वो कहते नहीं तेन खानी पैनी है गोली हाँ जी डॉक्टर जी ये जरा हूँ अपने स्पैशली जो पेशाब की गल करते जाना पैंदा उन्होंने कई ना कई मतलब मैसेज बहुत आते मैं भी पूछना लिख लिया उन्हें अपने भाजी ने याद कराता एवरेज दो तीन दफा उन्होंने उठना पैंदा रात को तीन दफा मैक्सीमम कई दफा उन्होंने एवरी आवर रात को आता फिर पांच छे सात दफा उठना पैंदा ये किसी रात को ऐसा होता है मैं लगता है वापस डाइट से गल होगी डाइट से होगी गल डिपेंड्स व्हाट द वीट एंड ड्यूरिंग द डे है ना पहले की खाधा हाँ की खाधा दिन है उन्हें तो खास करके भी इन्होंने चाहिए पे तुम साढ़े छे तो बाद है ना शाम को वो कुछ खाया पिया ना करो हाँ जी और फिर थोड़ा रात का प्रॉब्लम जो कम हो जाएगा डॉक्टर जी ये जो थोड़ा जांचते आता है यदा मतलब थोड़ी शुगर हाई है दैट्स राइट अच्छा उधर 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 पहले उतो दिखाई दे देता हां उतो उतो ही पता लग जांदा पे शुगर हाई आ कुछ खादा होएगा उधर शुगर हाई डेफिनेटली ते जेडीया चीज शुगर जे तुसी ओदा भी नहीं शुगर खांदे है ना कुछ स्टार्ची फूड खाने आ स्टार्ची फूड दा भी ग्लूकोज बनदा हां जी ओ शुगर ही तकरीबन हुंदी है ना सो खून विच जाके शुगर बन जांदी है सो जे ओ एक्सेस खादा आ ओ फिर पेशाबरा निकलना ही आ हां जी बड़ा मुश्किल है डॉक्टर जी बॉडी नु समझना सो डिफिकल्ट ਇਹਦਾ ਵੈਸੇ ਕੁਛ ਬੰਦਿਆਂ ਨੂੰ ਉਹਨਾਂ ਨੇ ਕਹਿੰਦੇ ਉਹਨਾਂ ਨੇ ਮੈਡੀਸਨ ਦਿੱਤੀ ਹੈ ਇਸਦਾ ਤਾਂ ਗੁੱਡ ਆਈਡੀਆ ਟੂ ਬੀ ਮੈਡੀਕੇਸ਼ਨ ਕਿ ਪਿਸ਼ਾਬ ਨੂੰ ਸਟਾਪ ਕੀਤਾ ਜਾਵੇ ਹਾਂਜੀ ਉਹਨੇ ਜਿਹੜੀ ਦਵਾਈ ਦਿੱਤੀ ਆ ਉਹ ਹੈਗੀ ਆ ਖਾਸ ਕਰਕੇ ਦਿੰਦੇ ਹੁੰਦੇ ਬਲੈਡਰ ਨੂੰ ਰਿਲੈਕਸ ਕਰਨ ਨੂੰ ਜਾਂ ਪ੍ਰੋਸਟੇਟ ਜਿਹੜਾ ਕਈਆਂ ਦਾ ਵਧਿਆ ਹੁੰਦਾ ਉਹਦੇ ਕਰਕੇ ਵੀ ਪਿਸ਼ਾਬ ਬਹੁਤ ਆਉਂਦਾ ਰਹਿੰਦਾ
ਤੇ ਉਹ ਫਿਰ ਪ੍ਰੋਸਟੇਟ ਗਲੈਂਡ ਨੂੰ ਸ਼੍ਰਿੰਕ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ। ਹਾਂਜੀ, ਸੋ ਉਹ ਕਹਿੰਦੇ ਵੀ ਉਹ ਕੰਮ ਨਹੀਂ ਕਰ ਰਹੀ। ਹਾਂਜੀ, ਬੜੀ ਛੇਤੀ ਬ੍ਰੇਕ ਵੱਲ ਜਾ ਰਹੇ, ਪਰ ਮੈਂ ਇੱਕ ਸਵਾਲ ਪੁੱਛ ਲੈਂਦਾ ਕੁਇਕਲੀ, ਲੋਕੀ ਪਾਣੀ ਘੱਟ ਪੀਂਦੇ ਨੇ ਵੀ ਸ਼ਾਮ ਨੂੰ, ਹਾਂਜੀ ਉਹ ਵੀ ਤਾਂ ਖਰਾਬ ਗੱਲ ਹੈ ਨਾ? ਨਹੀਂ, ਜ਼ਰੂਰੀ ਨਹੀਂ ਹੈਗਾ, ਜੇ ਤੁਸੀਂ ਇਨਫ ਪੀ ਲਿਆ ਜੁਰਿੰਗ ਦ ਡੇ ਤਾਂ ਸ਼ਾਮ ਨੂੰ ਤੁਸੀਂ ਨਾ ਪੀਓ। ਸ਼ਾਮ ਨੂੰ ਲੇਟ ਚਾਲੂ 6 ਤੋਂ ਬਾਅਦ ਨਾ ਪੀਓ, 6 ਤੋਂ ਬਾਅਦ ਨਾ ਪੀਓ ਜੇ ਤੁਹਾਨੂੰ ਰਾਤ ਨੂੰ ਪਿਸ਼ਾਬ ਦਾ ਪ੍ਰੋਬਲਮ ਹੈ। ਓਕੇ ਭਾਜੀ, ਇਹ ਤਾਂ ਫੁੱਲ ਟਾਈਮ ਜੋਬ ਹੈ ਆਪਣੀ ਬਾਡੀ ਨੂੰ ਲੁੱਕ ਆਫਟਰ ਕਰਨਾ, ਓਨੈਸਟਲੀ ਪੂਰਾ ਪੂਰਾ ਟਾਈਮ ਚਾਹੀਦਾ। ਅਸੀਂ ਬ੍ਰੇਕ ਵੱਲ ਜਾਵਾਂਗੇ, ਪਲੀਜ਼ ਤੁਸੀਂ ਪ੍ਰੋਗਰਾਮ ਦੇਖਦੇ ਰਹੋ। ਮੈਂ ਬੇਸ਼ੱਕ ਕਹਿੰਦਾ ਸਟਾਰਟ ਵੀ ਕਹਿ ਸਕਦਾ, ਪਲੀਜ਼ ਕਾਲ ਕਰੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ। ਅਤੇ ਤੁਸੀਂ ਜਿਹੜੀ ਟਾਈਮਿੰਗ ਹੈਗੀ ਹੈ ਮੰਡੇ ਵੈਨਸਡੇ ਫਰਾਈਡੇ 10 to 11 ਸਾਡੇ ਕਾਲ ਸੈਂਟਰ ਨੂੰ 01215511001 'ਤੇ ਨੰਬਰ ਕਰਕੇ ਤੁਸੀਂ ਉਹਨਾਂ ਦਾ ਡਾਕਟਰ ਦਾ ਸਪੈਸ਼ਲ ਨੰਬਰ ਹੈ ਜਿੱਥੇ ਕੰਸਲਟੇਸ਼ਨ ਨੰਬਰ ਹੈਗਾ, ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 and 11 ਤੁਸੀਂ ਕਾਲ ਕਰਕੇ ਗੱਲਬਾਤ ਕਰੋ। ਜਿਹਨਾਂ ਨੂੰ ਰਿਪੀਟ ਪ੍ਰੈਸਕ੍ਰਿਪਸ਼ਨ ਚਾਹੀਦੀ ਉਹਦਾ ਡਿਫਰੈਂਟ ਨੰਬਰ ਹੈ। ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ, ਵਾਪਸ ਆਉਂਦੇ ਹੁਣੇ। ਪਲੀਜ਼ ਸਟੇ ਟਿਊਨਡ, ਸਤਿ ਸ਼੍ਰੀ ਅਕਾਲ ਜੀ। ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਬਿਫੋਰ ਅਸੀਂ ਗੱਲਬਾਤ ਦੁਬਾਰਾ ਸਟਾਰਟ ਕਰੀਏ, ਪਲੀਜ਼, ਬਹੁਤ ਇੰਪੋਰਟੈਂਟ ਮੈਸੇਜ ਹੈ। ਕਾਫੀ ਲੋਕਾਂ ਦੇ ਫੋਨ ਆਉਂਦੇ, ਉਹਨਾਂ ਨੂੰ ਕੁਛ ਪਤਾ ਨਹੀਂ ਲੱਗਦਾ ਟਾਈਮਿੰਗ ਵਗੈਰਾ। ਪਹਿਲੇ ਤਾਂ ਸਾਡਾ ਕਾਲ ਸੈਂਟਰ, ਜੇਕਰ ਤੁਸੀਂ ਡਾਕਟਰ ਨਾਲ ਗੱਲ ਕਰਨੀ ਹੈ ਆਪਣੀ ਬਿਮਾਰੀ ਬਾਰੇ, ਮੰਡੇ ਵੈਨਸਡੇ ਅਤੇ ਫਰਾਈਡੇ ਬਿਟਵੀਨ 10 and 11 ਉਹ ਜਿਹੜਾ 10 ਵਜੇ ਤੋਂ 11 ਟਾਈਮ ਹੈਗਾ 3 ਦਿਨ, ਇੱਕ ਸਪੈਸ਼ਲ ਨੰਬਰ ਹੈਗਾ ਜੋ ਸਾਡਾ ਕਾਲ ਸੈਂਟਰ ਨੂੰ ਦੇਗਾ। ਜਿਹੜਾ ਕਾਲ ਸੈਂਟਰ ਦਾ ਨੰਬਰ ਹੈ 01215511001 ਤੋਂ ਤੁਸੀਂ ਰਿੰਗ ਕਰਕੇ ਉਹਨਾਂ ਨੂੰ ਕਹੋ ਕਿ ਅਸੀਂ ਡਾਕਟਰ ਜੀ ਨਾਲ ਗੱਲ ਕਰਨੀ, ਉਹ ਤੁਹਾਨੂੰ ਇੱਕ ਨੰਬਰ ਦੇਣਗੇ। ਫਿਰ ਇਹ 3 ਦਿਨਾਂ ਦੇ ਵਿੱਚ ਤੁਸੀਂ 10 to 11 ਫੋਨ ਕਰ ਸਕਦੇ ਹੋ। ਜਦੋਂ ਫੋਨ ਕਰਦੇ ਹੋ ਬਾਈ ਚਾਂਸ ਡਾਕਟਰ ਜੀ ਨੇ ਪਿੱਕ ਨਾ ਕੀਤਾ ਫੋਨ ਤੁਹਾਡਾ, ਉੱਥੇ ਵੋਇਸ ਮੇਲ ਨਾ ਛੱਡਿਓ, ਬਿਕੋਜ਼ ਵੋਇਸ ਮੇਲ ਪਿੱਕ ਨਹੀਂ ਕਰਦੇ ਡਾਕਟਰ ਜੀ। ਲੇਕਿਨ ਉਦੋਂ ਬਾਅਦ ਫੋਨ ਰੱਖ ਕੇ ਡਾਕਟਰ ਜੀ ਨੂੰ ਟੈਕਸ ਕਰ ਦਿਉ, ਉਹ ਟੈਕਸ ਦੇ ਨਾਲ ਪੱਕਾ ਤੁਹਾਨੂੰ ਜਵਾਬ ਮਿਲੇਗਾ। ਜਦੋਂ ਵੀ ਉਹਨਾਂ ਨੂੰ ਮੌਕਾ ਲੱਗੇਗਾ ਤੁਹਾਡੇ ਟੈਕਸ ਦਾ ਆਨਸਰ ਕਰਨਗੇ। ਡਾਕਟਰ ਜੀ ਸਹੀ ਹੈ? ਹਾਂਜੀ ਬਿਲਕੁਲ, ਦੈਟਸ ਕਰੈਕਟ। ਮਤਲਬ ਤਾਂ ਮੈਂ ਬੈਠ ਜਾਂਦਾ ਕਿ ਉੱਥੇ ਥੋੜ੍ਹਾ ਜਿਹਾ। ਹਾਂਜੀ, ਤੁਸੀਂ ਆ ਜਾਇਆ ਕਰੋ, ਤੁਸੀਂ ਕਾਲ ਸਾਰੇ ਲੈ ਜਾਇਆ ਕਰੋ। ਨਹੀਂ ਭਾਜੀ, ਜਿੱਦਾਂ ਵੀ ਹੋ ਸਕੇ ਕਿਤੇ ਨੇੜੇ ਹੋਏ ਤਾਂ ਮੈਂ ਚਲੇ ਵੀ ਜਾਵਾਂ ਤੁਹਾਡਾ ਥੋੜ੍ਹਾ। ਹਾਂਜੀ ਹਾਂਜੀ, ਕਹਿੰਦੇ ਇਮੈਜਿਨ ਬੜਾ ਸਟ੍ਰੇਨ ਹੈਗਾ, ਬੜਾ ਪ੍ਰੋਬਲਮ ਹੈ, ਇੱਕ ਇਨਸਾਨ ਹਜ਼ਾਰੇ ਲੋਕ ਤੁਹਾਡੇ ਮਗਰ ਲੱਗੇ ਹੋਏ ਨੇ। ਬਹੁਤ ਹੀ ਕਾਲ ਆਉਂਦੇ ਭਾਜੀ, ਬਸ ਆਲ ਓਵਰ ਦਾ ਕੰਟਰੀ। ਹਾਂਜੀ, ਇੱਦਾਂ ਨਹੀਂ ਪਏ ਇੱਥੋਂ ਸਾਊਥ ਹੋਲ ਤੋਂ ਆਉਂਦੇ ਜਾਂ ਲੰਡਨ ਤੋਂ ਆਉਂਦੇ, ਆਲ ਓਵਰ ਦਾ ਕੰਟਰੀ। ਭਾਜੀ ਸਕਾਟਲੈਂਡ ਤੋਂ ਇੱਧਰ ਉੱਧਰ, ਆਪਾਂ ਨੂੰ ਬਾਹਰੋਂ ਯੂਰਪ ਤੋਂ ਵੀ ਆਇਆ ਸੀ, ਤੁਹਾਨੂੰ ਇੰਡੀਆ ਤੋਂ ਵੀ ਕਾਲ ਆਉਂਦੇ ਨੇ। ਦੈਟਸ ਰਾਈਟ, ਸੋ ਕਾਲ ਆਲ ਓਵਰ ਆਉਂਦੇ ਤੇ ਇੰਨੀ ਕਾਲ ਨਹੀਂ ਜਵਾਬ ਸੀ ਦੇ ਸਕਦੇ। ਜਿਹੜੇ ਬਾਹਰਲੀ ਕੰਟਰੀਆਂ 'ਚੋਂ ਥੋੜ੍ਹੀ ਟਰਾਈ ਕਰਕੇ ਫਿਰ ਹਿੰਮਤ ਛੱਡ ਦਿੰਦੇ ਨੇ, ਕਿਉਂਕਿ ਕਾਲ ਲੱਗਣਾ 1 ਘੰਟੇ ਦਾ ਟਾਈਮ ਹੁੰਦਾ, ਬੇਸ਼ਮਾਰ ਦੁਨੀਆ ਰਿੰਗ ਕਰਦੀ। ਹਾਂਜੀ ਹਾਂਜੀ, ਦੈਟਸ ਰਾਈਟ। ਫਿਰ ਜਦੋਂ ਤੁਸੀਂ ਕੋਈ ਕਿਸੇ ਨਾਲ ਗੱਲ ਵੀ ਕਰਦੇ ਹੋ 10-15 ਮਿੰਟ ਲਾ ਦਿੰਦੇ ਆ ਦੱਸਣ ਨੂੰ, ਆਪਣਾ ਦੁੱਖ ਰੋਣਾ ਹੁੰਦਾ ਨਾ ਸਾਰਾ ਕੁਛ। ਹਾਂਜੀ ਦੈਟਸ ਰਾਈਟ, ਅਤੇ ਫਿਰ ਇੱਦਾਂ ਹੀ ਟਾਈਮ ਨਿਕਲ ਜਾਂਦਾ ਹੈ, ਸੋ ਇਟਸ ਵੈਰੀ ਡਿਫੀਕਲਟ ਇੰਨੀ ਕਾਲ ਲੈਣੀ। ਮੈਂ ਥੋੜ੍ਹੀ ਕੌਂਸਲਿੰਗ ਦਿੰਦਾ ਇਹ ਚੀਜ਼ ਦੀ। ਆਪਾਂ ਕਹਿੰਦੇ ਕਿ ਡਾਕਟਰ ਦਾ ਫੋਨ ਨਹੀਂ ਆਨਸਰ ਹੁੰਦਾ ਕਿਉਂਕਿ ਬਿਜ਼ੀ ਹੁੰਦਾ। ਤੁਹਾਨੂੰ ਪਤਾ ਜਿਹੜੇ ਤੁਸੀਂ ਐਮਰਜੈਂਸੀ ਅਪੋਇੰਟਮੈਂਟ ਲੈਣੀ ਆਪਣੇ GP ਦੇ ਨਾਲ, ਹਾਂਜੀ ਉਹ ਕਹਿੰਦੇ ਕਿ ਸੁਬਹਾ ਕਾਲ ਕਰੋ 8 ਵਜੇ। ਹਾਂਜੀ ਹਾਂਜੀ ਭਾਜੀ, ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ। ਮੈਂ 1 ਮਿੰਟ ਪਹਿਲਾਂ ਕਰੋ, 30 ਸੈਕਿੰਡ ਪਹਿਲਾਂ ਕਰੋ, ਹਾਲੇ ਲਾਈਨ ਬੰਦ ਹੈਗੀ। ਤੁਸੀਂ 5 ਸੈਕਿੰਡ 8 ਵਜੇ ਤੋਂ ਨਿਕਲ ਕੇ ਤੁਸੀਂ ਫੋਨ ਕਰੋ ਨਾ, ਉਹ ਜਦੋਂ ਤੁਹਾਡਾ ਫੋਨ ਆਨਸਰ ਜੇ ਤਾਂ ਲੱਗ ਗਿਆ, ਉਹ ਮੈਨੂੰ ਕਹੇਗੀ ਕਿ ਯੂ ਆਰ ਨੰਬਰ 27 ਇਨ ਦਾ ਕਿਊ। ਹਾਂਜੀ, ਹੁਣ ਉਹ 5 ਸੈਕਿੰਡ ਵਿੱਚ 26 ਬੰਦੇ ਕਿੱਦਾਂ ਕਿਊ ਚ ਲੱਗ ਗਏ। ਸਾਡਾ ਟੈਕਨੀਕਲ ਟੀਮ ਹੈਗੀ, ਮੈਂ ਪੁੱਛਿਆ ਸੀ, ਮੈਨੂੰ ਸਮਝਾ, ਕਹਿੰਦਾ ਮੇਰੀ ਸਮਝ ਤੋਂ ਬਾਹਰ ਹੈਗਾ। ਦੈਟਸ ਰਾਈਟ, ਬੜਾ ਪ੍ਰੋਬਲਮ ਹੈ ਅੱਜ ਭਾਜੀ, ਬਹੁਤ ਵੱਡੀ ਪ੍ਰੋਬਲਮ ਹੈ ਜੀ, ਬਣਨ ਨੂੰ ਬਣਾਉਣੀ ਬੜਾ ਪ੍ਰੋਬਲਮ ਹੈ ਅੱਜ ਕੱਲ। ਦੈਟਸ ਰਾਈਟ, ਤੁਸੀਂ 26 ਬੰਦੇ ਤੁਹਾਡੇ ਅੱਗੇ ਤੁਸੀਂ ਵੇਟ ਕਰਦੇ ਹੋ, ਉਹ ਜਿੱਦਾਂ ਤੁਸੀਂ ਕਹਿੰਦੇ ਕਿ ਬੰਦਾ 10 ਮਿੰਟ ਲਾਂਦਾ, ਭਾਜੀ ਤੁਸੀਂ ਦੇਖੋ ਕਿੰਨੀ ਵੇਟ ਕਰਦੇ ਹੋ। ਜਦ ਤੱਕ ਤਾਂ ਟਾਈਮ ਫਿਨਿਸ਼ ਹੋ ਜਾਂਦਾ, ਜਦ ਤੱਕ ਵੇਟ ਕਰਦੇ ਤੁਸੀਂ। ਹਾਂਜੀ, ਉਹ ਫੋਨ ਵੀ ਨਹੀਂ ਹੋਲਡ ਕਰਦਾ ਇੰਨੀ ਲੰਬੀ ਲਾਈਨ। ਐਨੀਵੇ, ਜਿੱਦਾਂ ਮੈਂ ਕਿਹਾ ਕਹਿੰਦੇ, ਪਲੀਜ਼ ਕਾਲ ਕਰੋ, ਕਿਸੇ ਤਰ੍ਹਾਂ ਦੀ ਬਿਮਾਰੀ ਤੁਸੀਂ ਡਿਸਕਸ ਕਰਨਾ, ਐਟਲੀਸਟ ਡਾਕਟਰ ਜੀ ਤੁਹਾਨੂੰ ਹਾਂ ਅਤੇ ਨਾ ਦੇ ਜਵਾਬ ਦੇਣਗੇ ਕਿ ਹਾਂ ਇਲਾਜ ਹੈਗਾ। ਨੋਰਮਲੀ ਦੇਖਿਆ ਗਿਆ ਜਦੋਂ ਵੀ ਡਾਕਟਰ ਨਾਲ ਕੱਲ੍ਹ ਗਏ, ਹੋਮਿਓਪੈਥੀ ਦੇ ਵਿੱਚ ਕਾਫੀ ਕਾਫੀ ਇਲਾਜ ਹੈਗੇ ਨੇ, ਔਰ ਵੱਡੀ ਗੱਲ ਉਹਦਾ ਨੁਕਸਾਨ ਨਹੀਂ ਹੈਗਾ। ਅੱਜ ਤੱਕ ਕੋਈ ਇੱਦਾਂ ਦੀ ਚੀਜ਼ ਨਹੀਂ ਹੈ ਕਿ ਕਿਸੇ ਦਾ ਨੁਕਸਾਨ ਹੋਵੇ। ਇਹੀ ਹੋ ਸਕਦਾ ਕਿ ਮੈਨੂੰ ਫਰਕ ਨਹੀਂ ਪਿਆ, ਉਹ ਵੀ ਡਿਪੈਂਡ ਕਰਦਾ ਮੇਰੇ ਹਿਸਾਬ ਨਾਲ। ਜਿਹਨੂੰ ਨਹੀਂ ਫਰਕ ਪੈਂਦਾ, ਪਹਿਲਾਂ ਉਹਨਾਂ ਦੀ ਸੋਚ ਪੋਜ਼ਿਟਿਵ ਨਹੀਂ ਹੈਗੀ ਕਿ ਮੈਨੂੰ। ਭਾਜੀ ਮੈਂ ਸੋਚਦੀ ਥੋੜ੍ਹੀ ਜਿਹੀ ਗੱਲ ਕਰ ਲੈਂਦਾ ਹੋਣੀ, ਦੂਸਰੀ ਗੱਲ ਹੁੰਦੀ ਕਿ ਬਿਮਾਰੀ ਕਿੰਨੀ ਦੇਰ ਦੀ ਕਿੱਦਾਂ ਹੈਗੀ ਹੈ, ਫਿਰ ਉਹਦੇ ਨਾਲ ਤੁਸੀਂ ਦਵਾ ਖਾਂਦੇ ਹੋ, ਹੋਮਿਓਪੈਥੀ ਤੁਸੀਂ ਆਪਣੀ ਡਾਇਟ ਚੇਂਜ ਕਰਦੇ ਨਹੀਂ ਕਰਦੇ, ਉਹ ਵੀ ਫਰਕ ਪੈ ਜਾਂਦਾ। ਬਹੁਤ ਫੈਕਟਰਸ ਹੈ ਭਾਜੀ, ਬਹੁਤ ਹੀ ਫੈਕਟਰਸ ਆ। ਹਾਂਜੀ, ਕਈ ਬਿਮਾਰੀਆਂ ਬੜੀਆਂ ਸੀਰੀਅਸ ਹੁੰਦੀਆਂ ਆ, ਕਈ ਬਿਮਾਰੀਆਂ ਬਹੁਤ ਲੰਬੇ ਚਿਰ ਤੋਂ ਹੁੰਦੀਆਂ ਲੋਕਾਂ ਨੂੰ,
ਅਤੇ ਉਹ ਜੇ ਸਮਝਦੇ ਪਏ ਅਸੀਂ ਚਲੋ ਇੱਕ ਵਾਰੀ ਦਵਾਈ ਲੈ ਕੇ ਠੀਕ ਹੋ ਜਾਏ, ਇੱਦਾਂ ਨਹੀਂ ਹੁੰਦਾ ਹੈਗਾ। ਹਾਂਜੀ, ਵੈਰੀ ਵੈਰੀ ਡਿਫੀਕਲਟ ਕਰਕੇ ਕੰਪਲੀਕੇਟਡ ਬਿਮਾਰੀਆਂ ਚਿਹਰਾਂ ਦੀਆਂ ਹੁੰਦੀਆਂ। ਹਾਂਜੀ, ਫਿਰ ਕਈ ਬਿਮਾਰੀਆਂ ਇਕੱਠੀਆਂ ਹੋਈਆਂ ਹੁੰਦੀਆਂ। ਹਾਂਜੀ, ਨਾਲ ਸ਼ੂਗਰ ਹੁੰਦੀ, ਨਾਲ ਬਲੱਡ ਪ੍ਰੈਸ਼ਰ ਹੁੰਦਾ, ਨਾਲ ਕੋਈ ਸਕਿਨ ਪ੍ਰੋਬਲਮ ਹੁੰਦਾ, ਕੋਈ ਬਾਊਲ ਪ੍ਰੋਬਲਮ ਹੁੰਦਾ। ਸੋ ਇੰਨੀਆਂ ਇਕੱਠੀਆਂ ਹੋਈਆਂ ਹੁੰਦੀਆਂ ਬਿਮਾਰੀਆਂ, ਹੈ ਨਾ, ਤੁਸੀਂ ਇੱਕੋ ਹੀ ਦਵਾਈ ਨਾਲ ਡੀਲ ਨਹੀਂ ਕਰ ਸਕਦੇ, ਇੱਕੋ ਹੀ ਟਾਈਮ ਉਹਨਾਂ ਨਾਲ ਨਹੀਂ ਡੀਲ ਕਰ ਸਕਦੇ। ਕਾਫੀ ਟਾਈਮ ਲੱਗ ਜਾਂਦਾ ਸੋਰਟ ਆਊਟ ਕਰਨ ਨੂੰ ਹੌਲੀ ਹੌਲੀ, ਕਿਉਂਕਿ ਹੋਮਿਓਪੈਥਿਕ ਦਵਾਈ ਜਿਹੜੀ ਆ ਇਹ ਬਹੁਤ ਡੂੰਘੀ ਕੰਮ ਕਰਦੀ ਆ। ਹਾਂਜੀ, ਇਹ ਡਿਫਰੈਂਟ ਲੈਵਲ 'ਤੇ, ਐਨਰਜੀ ਲੈਵਲ 'ਤੇ ਕੰਮ ਕਰਦੀ ਹੈ, ਅਤੇ ਐਕਚੁਲੀ ਇਹ ਬੋਡੀ ਨੂੰ ਸਟਿਮੂਲੇਟ ਕਰਦੀ ਹੈ ਵੀ ਆਪਣੇ ਆਪ ਨੂੰ ਠੀਕ ਕਰੇ। ਬਿਲਕੁਲ, ਦੈਟਸ ਰਾਈਟ। ਅਤੇ ਜਦੋਂ ਤੁਸੀਂ ਇੱਕ ਵਾਰੀ ਠੀਕ ਹੋ ਜਾਂਦੇ, ਬਿਲਕੁਲ ਠੀਕ ਹੋ ਜਾਂਦੇ, ਫਿਰ ਤੁਹਾਨੂੰ ਲੋੜ ਨਹੀਂ ਹੈਗੀ ਵੀ ਤੁਸੀਂ ਹਰ ਵੇਲੇ ਦਵਾਈ ਖਾਈ ਜਾਓ। ਜਿੱਦਾਂ ਐਲੋਪੈਥਿਕ ਦਵਾਈ ਹੈ, ਜਦ ਤੁਹਾਨੂੰ ਇੱਕ ਵਾਰੀ ਉਹਨੇ ਲਾ ਦਿੱਤੀ ਬਲੱਡ ਪ੍ਰੈਸ਼ਰ ਦੀ ਗੋਲੀ, ਉਹ ਤੁਹਾਨੂੰ ਫੋਰ ਲਾਈਫ ਖਾਣੀ ਪੈਣੀ। ਸੋ ਹੋਮਿਓਪੈਥੀ ਇੱਦਾਂ ਨਹੀਂ ਹੈਗੀ, ਜਦ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਆ ਜਾਂਦਾ ਹੈ ਫਿਰ ਤੁਹਾਨੂੰ ਨਹੀਂ ਲੋੜ ਹੈਗੀ ਦਵਾਈ ਹੋਰ ਖਾਣ ਦੀ। ਬਸ ਨੌਲੇਜ ਜਿਹੜੇ ਨਾ ਹੁੰਦੇ ਇਨਸਾਨ ਨੂੰ, ਡਾਕਟਰ ਨੂੰ ਟਰੱਸਟ ਕਰਦੇ ਨੇ, ਜੋ ਨੇ ਕਹਿ ਤਾ ਲੋਕ ਲੱਗ ਜਾਂਦੇ ਨੇ ਪਿੱਛੇ। ਦੈਟਸ ਰਾਈਟ, ਦੈਟਸ ਰਾਈਟ। ਚਲੋ ਉਹਨਾਂ ਨੂੰ ਜੀ ਪੀ ਦੀ ਗੱਲ ਮੰਨਣੀ ਪੈਂਦੀ ਹੈ ਜਿੱਦਾਂ ਉਹ ਕਹਿੰਦੇ ਆ, ਅਤੇ ਜੀ ਪੀ ਦਾ ਯੂਸਫੁਲ ਵੀ ਹੈਗਾ ਹੈ ਵੀ ਕਿਉਂ ਤੁਹਾਡੇ ਐਮਰਜੈਂਸੀ ਕਈ ਵਾਰੀ ਹੋ ਜਾਂਦਾ, ਉਹ ਦਵਾ ਫਟਾਫਟ ਕੰਟਰੋਲ ਕਰ ਲੈਂਦੇ ਆ ਤੁਹਾਡਾ ਬਲੱਡ ਪ੍ਰੈਸ਼ਰ, ਅਤੇ ਤੁਹਾਨੂੰ ਫਿਰ ਕੋਈ ਨੁਕਸਾਨ ਤੋਂ ਬਚਾ ਲੈਂਦੇ ਆ। ਕਿਉਂਕਿ ਜ਼ਿਆਦਾ ਬਲੱਡ ਪ੍ਰੈਸ਼ਰ ਹੋਵੇ, ਜਿੱਦਾਂ ਮੈਂ ਕਹਿੰਦਾ ਵੀ ਹਾਰਟ ਅਟੈਕ ਵੀ ਹੋ ਸਕਦਾ ਆ, ਸਟ੍ਰੋਕ ਹੋ ਸਕਦਾ ਆ, ਅਤੇ ਫਿਰ ਉਹ ਫੋਰ ਲਾਈਫ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਹੈ। ਭਾਅ ਜੀ, ਆਪਾਂ ਕੋਂਟਰਡਿਕਟ ਕਰਦੇ ਹਾਂ ਆਪਣੀ ਸਟੇਟਮੈਂਟ, ਅਸੀਂ ਕਹਿੰਦੇ ਹਾਂ ਕਿ ਜੀ ਪੀ ਇੱਦਾਂ ਕਰਦੇ, ਇਹ ਕਰਦੇ, ਉਹ ਕਰਦੇ, ਪਰ ਆਪਣੀ ਨਾ ਕਦੇ ਵੀ ਚਲਾਇਆ ਕਰੋ। ਜੋ ਦੀ ਰਿਕਮੈਂਡੇਸ਼ਨ ਤੁਹਾਨੂੰ ਦਿੱਤੀ ਗਈ ਜੀ ਪੀ ਦੀ, ਉਹਨੂੰ ਫੋਲੋ ਕਰੋ, ਕਿਉਂਕਿ ਤੁਸੀਂ ਕਿਹਾ ਤੁਸੀਂ ਐਮਰਜੈਂਸੀ 'ਚ ਵੀ ਫੋਲੋ ਹੋ ਸਕਦੇ ਇੱਕਦਮ, ਹੈ ਕੋਈ ਤੁਹਾਨੂੰ ਇੱਦਾਂ ਦਾ ਸੀਰੀਅਸ ਹੋ ਜਾਵੇ, ਕਿਤੇ ਬਚਾ ਸਕਦੇ ਕਿਤੇ ਨਹੀਂ ਬਚਾ ਸਕਦੇ। ਤੁਸੀਂ ਦਵਾਈ ਆਪਣੀ ਮਰਜ਼ੀ ਨਾਲ ਨਹੀਂ ਛੱਡਦੇ ਤਾਂ ਖਾ ਲਓ, ਇੱਦਾਂ ਨਹੀਂ ਹੋ ਸਕਦਾ। ਹਾਂਜੀ ਹਾਂਜੀ। ਸੋ ਜਿਹੜੇ ਬਲੱਡ ਪ੍ਰੈਸ਼ਰ ਦੇ ਪੇਸ਼ ਸਾਡੇ ਕੋਲ ਆਉਂਦੇ, ਉਹਨਾਂ ਦੀ ਦਵਾਈ ਜਿਹੜੀ ਐਲੋਪੈਥੀ ਚੱਲਦੀ, ਅਸੀਂ ਕਦੇ ਬੰਦ ਨਹੀਂ ਕਰਾਈ ਦੀ ਹੈਗੀ, ਉਹਨੇ ਖਾਈ ਜਾਣਾ ਹੈ, ਨਾਲ ਅਸੀਂ ਹੋਮਿਓਪੈਥਿਕ ਦਵਾਈ ਦੇ ਦਈਏ। ਹਾਂਜੀ। ਸੋ ਜਦੋਂ ਉਹਦਾ ਰਿਜ਼ਲਟ ਆਉਣ ਲੱਗ ਪੈਂਦਾ, ਬਲੱਡ ਪ੍ਰੈਸ਼ਰ ਡਾਊਨ ਹੋਣ ਲੱਗ ਪੈਂਦਾ, ਫਿਰ ਅਸੀਂ ਕਹੀਦਾ ਵੀ ਤੁਸੀਂ ਹੁਣ ਜੀ ਪੀ ਨੂੰ ਦਿਖਾਓ ਆਪਣੀ ਰੀਡਿੰਗਸ, ਉਹ ਵੀ ਉਹ ਦਵਾਈ ਤੁਹਾਡੀ ਘਟਾ ਦੇਵੇ। ਬਿਲਕੁਲ। ਸੋ ਹੌਲੀ ਹੌਲੀ ਘਟਾ ਕੇ ਉਹ ਬੰਦ ਕਰ ਸਕਦੇ। ਬੜੀ ਅੱਛੀ ਗੱਲ ਹੈ, ਤੁਸੀਂ ਕਿਹਾ ਜੀ ਪੀ ਨੂੰ ਪੁੱਛ ਕੇ ਘਟਾਓ, ਆਪੇ ਨਹੀਂ ਘਟਾ ਦੇਣੀ ਕਿ ਮੇਰਾ ਠੀਕ ਹੋ ਗਿਆ। ਦੈਟਸ ਰਾਈਟ। ਹਾਂਜੀ ਡਾਕਟਰ, ਇੱਕ ਬਹੁਤ ਇੰਪੋਰਟੈਂਟ ਹੈ, ਮੈਨੂੰ ਨਾ ਕੋਈ ਮੈਂ ਕਲਿੱਪ ਦੇਖਦਾ ਸੀ, ਬੜੇ ਮੈਂ ਇੱਦਾਂ ਦੇ ਬੜੇ ਦੇਖਦਾ ਰਹਿੰਦਾ, ਸਪੈਸ਼ਲੀ ਜਦੋਂ ਬੰਦੇ ਆਪਣੇ ਬਿਮਾਰੀਆਂ ਕਰਕੇ, ਇੱਕ ਨਾ ਬੰਦੇ ਦਾ ਜਿਹੜਾ ਮਾਇੰਡ ਹੈ ਨਾ ਭਾਅ ਜੀ, ਇਹ ਸਾਰੀ ਤੁਹਾਡੀ ਬੋਡੀ ਕੰਟਰੋਲ ਕਰਦਾ। ਕੰਟਰੋਲ ਇਨ ਦਾ ਸੈਂਸ, ਅਗਰ ਤੁਸੀਂ ਕਹੋ ਇਹ ਮੈਨੂੰ ਬਿਮਾਰੀ ਨਹੀਂ ਹੈ, ਮੈਨੂੰ ਠੀਕ ਕਰਨਾ, ਉਹਨੂੰ ਪੋਜ਼ਿਟਿਵ ਸੋਚੋ, ਤੁਸੀਂ ਕਰ ਸਕਦੇ ਹੋ। ਦੈਟਸ ਰਾਈਟ, ਦੈਟਸ ਰਾਈਟ। ਯੂ ਕੈਨ ਡੂ ਇਟ। ਉਹ ਤੁਹਾਡੀ ਬੋਡੀ ਨਾ, ਤੁਹਾਡਾ ਬਿਮਾਰੀ ਨੂੰ ਤੁਹਾਡੇ ਬ੍ਰੇਨ ਫਾਈਟ ਕਰਦਾ। ਹਾਂ, ਬਿਲਕੁਲ ਬਿਲਕੁਲ ਭਾਅ ਜੀ, ਮਾਇੰਡ ਇਜ਼ ਸੱਚ ਅ ਸਟਰੋਂਗ ਥਿੰਗ, ਸੱਚ ਅ ਸਟਰੋਂਗ ਥਿੰਗ, ਅਤੇ ਉਹ ਬੋਡੀ 'ਤੇ ਉਹਦਾ ਪੂਰਾ ਅਸਰ ਹੁੰਦਾ ਹੈ, ਪੂਰਾ ਕੰਟਰੋਲ ਮਾਇੰਡ ਦਾ ਹੁੰਦਾ। ਹਾਂਜੀ। ਸੋ ਜੇ ਤੁਸੀਂ ਬਹੁਤ ਹੀ ਢੇਰੀ ਢਾ ਦਿੰਦੇ ਆ, ਤਾਂ ਤੁਹਾਡੇ ਉਹ ਫੀਲਿੰਗ ਆਉਣਾ ਹੀ ਆ, ਕੋਈ ਇੱਦਾਂ ਦਾ ਬੋਡੀ ਵਿੱਚ ਕੋਈ ਨਾ ਕੋਈ ਬਿਮਾਰੀ ਪੈਦਾ ਹੋਣੀ ਆ। ਹਾਂਜੀ। ਅਤੇ ਜਿੱਦਾਂ ਅੱਗੇ ਵੀ ਆਪਾਂ ਕਹਿ ਹਟੇ ਵੀ ਜਦੋਂ ਤੁਹਾਨੂੰ ਗੁੱਸਾ ਬਹੁਤ ਚੜ੍ਹਦਾ ਆ, ਇੱਕਦਮ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਹਾਂਜੀ, ਬੇਸ਼ੱਕ ਤੁਸੀਂ ਮਿਣ ਕੇ ਦੇਖ ਲਿਓ ਗੁੱਸੇ 'ਚ, ਡੈਫੀਨੇਟਲੀ ਹਾਈ ਹੋਊਗਾ ਬਲੱਡ ਪ੍ਰੈਸ਼ਰ ਉਸ ਵੇਲੇ। ਇਹਦੀ ਮੈਂ ਗੱਲ ਕਰਾਂਗਾ, ਆਪਾਂ ਪਹਿਲਾਂ ਕਾਲ ਲੈ ਜਾਈਏ, ਬੜਾ ਇੰਪੋਰਟੈਂਟ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅੰਕਲ ਜੀ, ਅੱਜ ਸਵਾਗਤ ਕਰਦੇ ਹਾਂ। ਆਪਣਾ ਨਾਮ ਦੱਸੋ ਕਿ ਕੌਣ ਬੋਲਦੇ ਹੋ ਜੀ? ਮੈਂ ਮਨਦੀਪ ਗੱਲ ਕਰ ਰਹੀ ਹਾਂ ਸਾਊਥ ਹੋਲ ਤੋਂ। ਮਨਦੀਪ ਜੀ, ਮੈਂ ਆਪਣੇ ਪਾਪਾ ਬਾਰੇ ਕੁਐਸਚਨ ਕਰਨਾ ਸੀ। ਹਾਂਜੀ, ਤੁਹਾਡਾ ਸਵਾਗਤ ਕਰਦੇ ਹਾਂ, ਤੁਸੀਂ ਗੱਲ ਕਰੋ, ਸਿੱਧੇ ਡਾਕਟਰ ਜੀ ਨਾਲ ਕਰੋ। ਹਾਂ ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਜੀ। ਸਤਿ ਸ਼੍ਰੀ ਅਕਾਲ ਜੀ, ਸੁਣਾਓ ਜੀ। ਸਰ, ਮੈਂ ਤੁਹਾਨੂੰ ਕੁਐਸਚਨ ਕਰਨਾ ਸੀ। ਐਕਚੁਅਲੀ ਮੇਰੇ ਪਾਪਾ ਦੀ ਏਜ 53 ਹੈ, ਐਂਡ ਉਹਨਾਂ ਨੂੰ ਹਾਰਟ ਦੀ ਜਿੱਦਾਂ ਥੋੜ੍ਹੀ ਪ੍ਰੋਬਲਮ ਆ ਰਹੀ ਹੈ। ਵੈਸੇ ਉਹ ਡਾਇਬਟੀਜ਼ ਵੀ ਨੇ, ਕੋਲੈਸਟ੍ਰੋਲ ਦੀ ਵੀ ਦਵਾਈ ਲੈ ਰਹੇ ਨੇ, ਅਤੇ ਹੁਣ ਉਹਨਾਂ ਨੂੰ ਮਤਲਬ 2-3 ਮਹੀਨੇ ਹੋ ਗਏ ਆ, ਉਹਨਾਂ ਨੂੰ ਨਾ ਪ੍ਰੋਬਲਮ ਆ ਰਹੀ ਹੈ, ਉਹਨਾਂ ਦੀ ਹਾਰਟ ਵੀ ਸਟੇਬਲ ਨਹੀਂ ਰਹਿੰਦੀ ਜਿੱਦਾਂ। ਉਹਦੇ ਕਰਕੇ ਉਹਨਾਂ ਨੂੰ ਜਿੱਦਾਂ ਚੱਕਰ ਵੀ ਆਉਂਦੇ ਨੇ, ਘਬਰਾਹਟ ਵੀ ਹੁੰਦੀ ਹੈ, ਜਿੱਦਾਂ ਬੇਹੋਸ਼ੀ ਦੇ ਹਾਲ 'ਚ ਹੋ ਜਾਂਦੇ ਆ ਜਿੱਦਾਂ 5-7 ਮਿੰਟ ਲਈ, ਫਿਰ ਆਫਟਰ ਨੋਰਮਲ ਹੋ ਜਾਂਦੇ ਆ। ਹਾਂਜੀ, ਕਿਹੜੀ ਦਵਾਈ ਖਾ ਰਹੇ ਆ? ਸਰ, ਐਕਚੁਲੀ ਉਹ ਮੈਨੂੰ ਦਵਾਈਆਂ ਦੇ ਨਾਮ ਤਾਂ ਨਹੀਂ ਯਾਦ ਹੈਗੇ, ਬਟ ਉਹ ਡਾਇਬੀਟੀਜ਼ ਵੀ ਖਾ ਰਹੇ ਆ, ਕੋਲੈਸਟ੍ਰੋਲ ਵੀ ਤੇ ਹਾਈ ਬੀਪੀ ਦੀ ਵੀ ਖਾ ਰਹੇ ਆ। ਫਿਰ ਕਈ ਦਵਾਈਆਂ ਦੇ ਸਾਈਡ ਇਫੈਕਟਸ ਹੁੰਦੇ ਨਾ? ਨਹੀਂ ਸਰ, ਐਕਚੁਅਲੀ ਦਵਾਈ ਤੇ ਕਾਫੀ ਪਹਿਲਾਂ ਤੋਂ ਖਾ ਰਹੇ, ਜਿੱਦਾਂ 5-6 ਸਾਲ ਤੋਂ ਖਾ ਰਹੇ ਆ, ਬਟ ਇਹ ਪ੍ਰੋਬਲਮ ਹੁਣੇ 2-3 ਮਹੀਨੇ ਤੋਂ ਆਈ ਆ ਇਹਨਾਂ ਨੂੰ। ਹਾਂਜੀ, ਹੁਣ ਐਗਜ਼ੈਕਟਲੀ ਕੀ ਪ੍ਰੋਬਲਮ ਆ ਰਹੀ? ਸਰ, ਇਹ ਜਿੱਦਾਂ ਹੋਸਪਿਟਲ ਵੀ ਗਏ ਸੀ ਐਮਰਜੈਂਸੀ, ਤੇ ਉਹਨਾਂ ਨੇ ਇਹੀ ਆਖਿਆ ਕਿ ਤੁਹਾਡੀ ਹਾਰਟ ਬੀਟ ਸਟੇਬਲ ਨਹੀਂ ਹੈਗੀ, ਕਦੀ ਜਿੱਦਾਂ ਲੋ ਹੋ ਜਾਂਦੀ ਹੈ, ਕਦੀ ਵੈਰੀ ਫਾਸਟ ਜਿੱਦਾਂ ਚੱਲਦੀ ਹੈ, ਫਿਰ ਉਹਦੇ ਕਰਕੇ ਇਹਨਾਂ ਨੂੰ ਚੱਕਰ ਵੀ ਆਉਂਦੀ ਹੈ, ਘਬਰਾਹਟ ਵੀ ਹੁੰਦੀ ਹੈ, ਜਿੱਦਾਂ ਹੱਥ ਪੈਰ ਸ਼ੇਕ ਹੋਣ ਲੱਗ ਜਾਂਦੇ ਆ, ਤੇ ਜਿੱਦਾਂ 5-7 ਮਿੰਟ ਲਈ ਤਾਂ ਜਿੱਦਾਂ ਬੇਸੁੱਧ ਹੋ ਜਾਂਦੇ ਆ ਬਿਲਕੁਲ। ਅੱਛਾ, ਜਾਨ ਕੇ ਹਾਰਟ ਰੇਟ ਉਸ ਤੋਂ ਬਾਅਦ ਹੌਲੀ ਹੌਲੀ ਠੀਕ ਹੋ ਜਾਂਦੇ ਆ। ਹਾਰਟ ਕਦੇ ਤੇਜ਼ ਚੱਲਦਾ, ਕਦੇ ਸਲੋ ਚੱਲਦਾ, ਕਦੇ
ब्लड प्रेशर की वापस गल करिए, बड़ा इंपोर्टेंट सब्जेक्ट है। जब तुम गल सुनते अपनी मनदीप कौर की तो मेरे दिमाग गल आ गई भाजी, इट इज़ राइट जो मैं कहाँ अगर तुम लंडन वर्गी शहर च रहने हो तो जी कि बहर रिमोट एरिए रहने हो तो इतने ज्यादा बंद ब्लड प्रेशर रहने की चांस ही है, है ना? डेफिनेटली देख लो मेरे दिमाग चल है बड़े क्लेवर नहीं भाजी नहीं पता की होंगे एक गल ना मैं बड़े शौक न इस सबजैक्ट न स्टडी कर दिया शौक न पढ़ दू क्योंकि लोगों को बड़े बीमारियां लोग धर्म भाजी जिदा हम थोड़ी बेशुमार थोड़ी जान पहचान होगी तो जिते भी जाने थोड़ा लोग दुआ देंगे ने थोड़ा मिलते हैं थोड़ा दसने की लड़ नहीं कि मेरा नाम यह है वो है तो थोड़ा जानते हैं सारे बहुत ही लोग हाँ इस तरह हम मेरी जान पहचान रब का बड़ा प्यार मिलता लोगों को बड़ा अच्छा लगता हूँ मेरा इसी कल परसों गल करते बड़े तरह तरह की गल् हो जाए ये भी बड़े इंट्रस्टिंग होंगे सुन वाली गल् होंगे इतने लंडन के लोग बहुत अग्रैसिव है जो घरों निकल जब घरों मन लगता उन्होंने लड़ाई होती है वो जो गुस्सा आता उन्हें किसी होर ऊपर छिड़ना होता है मैं एक गल जारी रखा बड़ा इंपॉर्टेंट है बिकॉज ज्यादा लाइफ स्टाइल चेंज करने की बहुत लोड़ है पहले कहो हेलो जी सत श्रीकाल डॉक्टर कहंदे पानी पेशाब दी गोलियां दिंदे आ मेरी 90 साल की उम्र है मैं पता नहीं पूरी मेरी उम्र का है ना बच्चा जी ओदा ही मेरा तो पैर तुरदी हाँ मैं बाथरूम जानी हाँ मैं कली रही हूँ मेरे थले फैमिली है ना मैं पूछना चाहती सी भी जो डॉक्टर मेरे लिए कुछ कर सकते है हाँ जी सो भैन जी हम तो 2 साल हो गए स्ट्रोक हो ना अपने आप दूजी लत चक रख रही सोफे ते मैं पूछना चाहती सी जे कुछ उपाय होवे थोड़े हफ्ते बाद ਕੀ ਦੇਖਦੀਆਂ ਸੀ ਫੋਨ ਤੇ ਸੁੱਜਾ ਦੇਖਣੀ ਜਰਾਬਾਂ ਭੇਜ ਦੇਣੀਆਂ ਸੀ ਜਰਾਬਾਂ ਮੈਂ ਪਾ ਵੀ ਨਹੀਂ ਸਾਜੀ ਮੁੰਡਿਆਂ ਨੇ ਪਾਉਣੀਆਂ ਫਿਰ ਮਸੀ ਲਾਉਣੀਆਂ ਪਰ ਸਟਿਲ ਉਦਾਂ ਦਾ ਸੇਮ ਸੀਗਾ ਹਾਂਜੀ ਔਖਾ ਜੀ ਬਹੁਤ ਔਖਾ ਹੈ ਤੇ ਇਹ ਹੁਣ ਦਵਾਈ ਨਾਲ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਥੋੜੀ ਜਿਹਾ ਹਾਂਜੀ ਓਕੇ ਤੇ ਅਸੀਂ ਉਦਾਂ ਕੋਸ਼ਿਸ਼ ਕਰ ਸਕਦੇ ਹਾਂ ਇੱਕ ਦੋ ਵਾਰੀ ਕੋਸ਼ਿਸ਼ ਕਰ ਸਕਦੇ ਹਾਂ ਜੇ ਕੋਈ ਫਰਕ ਪੈ ਜਾਵੇ ਪਰ ਜਿੰਨਾ ਟਾਈਮ ਲੰਘੀ ਜਾਵੇ ਹੈ ਨਾ ਉਨਾ ਫਿਰ ਮੁਸ਼ਕਲ ਹੋ ਜਾਂਦਾ ਹੈ ਟ੍ਰੀਟਮੈਂਟ ਕਰਾਉਣਾ ਫਿਰ ਮੈਂ ਤਾਂ ਹੀ ਮੈਂ ਕਿਹਾ ਸੀ ਪੁੱਛਦੀ ਹਾਂ ਕਈ ਵਾਰੀ ਕੀਤਾ ਅੱਗੇ ਵੀ ਕੀਤਾ ਸੀ ਫੋਨ ਗਾਹਾਂ ਨਹੀਂ ਪਹੁੰਚਾਉਂਦੇ ਹੈ ਨਾ ਉਹਨਾਂ ਮੁੰਡੇ ਨੇ ਚੱਕਿਆ ਵੇ ਕਾਕਾ ਮੈਂ ਕਿਹਾ ਮੈਨੂੰ ਪ੍ਰੋਬਲਮ ਆ ਮੈਂ ਤਾਂ ਡਾਕਟਰ ਨਾਲ ਗੱਲ ਕਰਨੀ ਚਾਹੁੰਦੀ ਹਾਂ ਹਾਂਜੀ ਹਾਂ ਚਲੋ ਇੱਕ ਵਾਰ ਫੇਰ ਕੋਸ਼ਿਸ਼ ਕਰ ਲਿਓ ਜੇ ਤਾਂ ਮੇਰੇ ਲਈ ਫਾਇਦਾ ਹੋ ਜੂਗਾ ਉਹਨਾਂ ਲਈ ਵੀ ਫਾਇਦਾ ਪਰਮਾਤਮਾ ਹਾਂਜੀ ਹਾਂਜੀ ਫੇਰ ਟ੍ਰਾਈ ਤੁਸੀਂ ਵਾਪਸ ਡਾਕਟਰ ਨੂੰ ਕਾਲ ਕਰ ਲਿਓ ਮੰਡੇ ਵੈਨਸਡੇ ਫਰਾਈਡੇ 10 ਤੋਂ 11 ਵਜੇ ਕਾਲ ਕਰਕੇ ਨਾ ਤੇ ਅੱਛੀ ਤਰ੍ਹਾਂ ਗੱਲ ਕਰਕੇ ਫਿਰ ਤੁਹਾਨੂੰ ਕਹਿੰਦੇ ਟ੍ਰਾਈ ਕਰਨਗੇ ਰੱਬ ਸ਼ਾਇਦ ਮਿਹਰ ਕਰੇਗਾ ਡਾਕਟਰ ਜੀ ਹਾਂਜੀ ਹਾਂਜੀ ਕੋਈ ਪਤਾ ਨਹੀਂ ਕਿਹਦਾ ਕਾਲ ਲੱਗ ਜਾਵੇ ਹੈ ਨਾ ਹਾਂਜੀ ਦੱਸ ਭਾਜੀ ਦੇਖੋ ਆਵਾਜ਼ ਅੱਛੀ ਹੈ 90 ਸਾਲਾਂ ਦੇ ਹੈਗੇ ਨੇ ਬਟ ਸਾਊਂਡਸ ਵੈਰੀ ਵੈਲ ਸਾਊਂਡਸ ਵੈਲ ਬੜੇ ਐਕਟਿਵ ਸੀਗੇ ਬੜੀ ਅੱਛੀ ਤਰ੍ਹਾਂ ਗੱਲ ਕੀਤੀ ਉਹਨਾਂ ਨੇ ਐਨੀ ਮੈਂ ਕਹਿੰਦਾ ਕਿ 90 ਸਾਲ ਦਾ ਬੰਦਾ ਬਿਲਕੁਲ ਹੀ ਰਹਿ ਜਾਂਦਾ ਤੇ ਸ਼ੀ ਇਜ਼ ਕੀਪਿੰਗ ਕੁਆਇਟ ਫਿਟ
ਜਿਹੜਾ ਸਟ੍ਰੋਕ ਹੋਇਆ ਚਲੋ ਉਹ ਕਿਉਂ ਹੋਇਆ ਕਾਤੇ ਹੋਇਆ ਰੱਬ ਦੀ ਮਿਹਰ ਹੈਗੀ ਉੱਥੇ ਮੋਸਟ ਲਾਈਕਲੀ ਇਹਨਾਂ ਨੂੰ ਬਲੱਡ ਪ੍ਰੈਸ਼ਰ ਕਰਕੇ ਹੋਇਆ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਹਾਈ ਸੀਗਾ ਅਤੇ ਇਹਨਾਂ ਦੇ ਜਾਂ ਤਾਂ ਉਹ ਨਾੜੀ ਵਿੱਚ ਕਲੋਟ ਹੋ ਗਿਆ ਜਾਂ ਨਾੜੀ ਫਟ ਗਈ ਆ ਅਤੇ ਉਹ ਫਿਰ ਬ੍ਰੇਨ ਏਰੀਏ ਜਿਹੜੇ ਬ੍ਰੇਨ ਸੈਲਸ ਆ ਉਹ ਡੈਮੇਜ ਹੋ ਗਏ ਕਰਕੇ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਅਤੇ ਉਹ ਏਰੀਆ ਸੀਗਾ ਜਿਹੜਾ ਇਹਨਾਂ ਦੇ ਲੈਫਟ ਲੈਗ ਨੂੰ ਕੰਟਰੋਲ ਕਰਦਾ ਸੀ ਅਸੀਂ ਇਕੱਲੇ ਰਹਿ ਰਹੇ ਤਾਂ ਬੜੀ ਹਿੰਮਤ ਆ 90 ਸਾਲ ਦੇ ਡੂਇੰਗ ਵੈਰੀ ਵੈਲ ਬਹੁਤ ਬਹੁਤ ਅੱਛਾ ਕਰ ਰਿਹਾ ਭੈਣ ਜੀ ਰੱਬ ਤੁਹਾਨੂੰ ਪ੍ਰੇ ਕਰਦੇ ਹਾਂ ਤੰਦਰੁਸਤ ਰੱਖੇ ਪਲੀਜ਼ ਕਾਲ ਕਰਿਓ ਜ਼ਰੂਰ ਕੋਈ ਨਾ ਕੋਈ ਭਲਾ ਹੋਏਗਾ ਕਿ ਡਾਕਟਰ ਜੀ ਪਾਸ ਦਵਾ ਹੈਗੀ ਕੋਸ਼ਿਸ਼ ਕਰਨਗੇ ਅਗਰ ਤਾਂ ਚਾਂਸ ਲੱਗ ਗਿਆ ਬਟ ਠੀਕ ਵੀ ਹੋ ਸਕਦੀ ਥੋੜ੍ਹਾ ਥੋੜ੍ਹਾ ਫਰਕ ਪੈ ਜਾਂਦਾ ਰੱਬ ਦੇ ਹੱਥ ਆ ਆਪਾਂ ਰੱਬ ਦੇ ਹੱਥ ਡਾਕਟਰ ਜੀ ਬਲੱਡ ਪ੍ਰੈਸ਼ਰ ਦਾ ਬੜਾ ਟਾਈਮ ਬੜੀ ਫਾਸਟ ਜਾ ਰਿਹਾ ਕਿਉਂਕਿ ਸਾਡੇ ਕਾਲ ਵੀ ਬੜੇ ਇੰਪੋਰਟੈਂਟ ਹੁੰਦੇ ਨੇ ਅਸੀਂ ਅਸੀਂ ਗੱਲਾਂ ਕਰਦੇ ਸੀ ਉਹ ਕਹਿੰਦਾ ਜਦੋਂ ਮੈਂ ਘਰੋਂ ਨਿਕਲਦਾ ਨਾ ਮੈਂ ਪ੍ਰੇ ਕਰਦਾ ਕਿ ਮੇਰਾ ਕਿਸੇ ਨਾਲ ਰਸਤੇ ਝਗੜਾ ਨਾ ਹੋਵੇ ਕਾਰਾਂ ਦੇ ਵਿੱਚ ਤੁਸੀਂ ਕਿਤੇ ਕਿਊਜ ਖੜੇ ਹੋਣਾ ਕਿਤੇ ਨਾ ਕੋਈ ਇੱਦਾਂ ਦੀ ਗੱਲ ਕਿਉਂਕਿ ਆਲ ਬੀ ਵੈਰੀ ਔਨ ਫਿਰ ਜੀ ਪਲੀਜ਼ ਮਾਫੀ ਚਾਹਵਾਂਗਾ ਆਪਣੇ ਆਲਮੋਸਟ 100 ਸਾਲ ਤੋਂ ਉੱਪਰ ਹੋ ਗਿਆ ਇੱਥੇ ਜਨਰੇਸ਼ਨ ਆਈ ਨੂੰ ਪਹਿਲੇ ਨੂੰ ਅਸੀਂ ਸਾਡੀਆਂ ਆਦਤਾਂ ਨਹੀਂ ਬਦਲੀਆਂ ਇੰਡੀਆ ਪਾਕਿਸਤਾਨ ਲਈ ਉਹ ਹਾਲੇ ਵੀ ਉੱਦਾਂ ਹੀ ਹੈਗੀਆਂ ਨੇ ਨਾ ਤਾਂ ਕਿਸੇ ਨੂੰ ਥੈਂਕ ਯੂ ਕਹਿਣਾ ਨਾ ਕਿਸੇ ਨੂੰ ਹੈਲੋ ਕਹਿਣਾ ਨਾ ਕਿਸੇ ਦਾ ਹਾਲ ਪੁੱਛਣਾ ਆਪੋ ਆਪਣੀ ਤੋਂ ਪਈ ਹੁੰਦੀ ਹੈ ਜੇ ਕੋਈ ਅੱਗੇ ਜਾ ਰਿਹਾ ਉਹਨੇ ਦਰਵਾਜ਼ਾ ਖੋਲਿਆ ਇਹ ਨਹੀਂ ਕਿ ਮੈਂ ਕੋਈ ਬਜ਼ੁਰਗ ਆ ਰਿਹਾ ਕਿ ਮੈਂ ਦਰਵਾਜ਼ਾ ਫੜਨਾ ਉੱਥਾ ਕਰਕੇ ਉਹਦੇ ਮੂੰਹ 'ਤੇ ਵੱਜ ਜਾਂਦਾ ਯੂਨੋ ਇਹਦੇ ਨਾਲ ਬੰਦੇ ਦਾ ਪ੍ਰੈਸ਼ਰ ਵਧਿਆ ਰਹਿੰਦਾ ਫਿਰ ਹਾਂਜੀ ਦੈਟਸ ਰਾਈਟ ਸੋ ਕਈ ਲੋਕਾਂ ਵਿੱਚ ਪੋਲਾਈਟਨੈਸ ਮਿਠਾਸ ਨਹੀਂ ਹੈਗੀ ਨਹੀਂ ਹੈ ਨਾ ਭਾਜੀ ਨਹੀਂ ਹੈ ਥੋੜੇ ਰਫ ਬੋਲਦੇ ਆ ਰਫ ਬਿਹੇਵ ਕਰਦੇ ਆ ਤੇ ਉਹਦੀ ਲੋੜ ਤਾਂ ਹੈ ਨਹੀਂ ਇੱਦਾਂ ਕਰਨੇ ਦੀ ਭਾਜੀ ਕਿਉਂ ਰਹਿੰਦੇ ਆ ਉਹਦੀ ਕੋਈ ਦੁਆ ਹੈਗੀ ਆਪਣੀ ਆਪਣੀ ਪਰਸਨੈਲਿਟੀ ਹੁੰਦੀ ਜਿੱਦਾਂ ਤੁਸੀਂ ਕਹਿੰਦੇ ਦੁਖੀ ਹੋਰ ਕਿਸੇ ਗੱਲ ਤੋਂ ਹੁੰਦੇ ਆ ਆ ਕੇ ਗੁੱਸਾ ਹੋ ਕੇ ਹੋਰ ਕਿਸੇ 'ਤੇ ਕੱਢ ਲੈਣਾ ਅਤੇ ਪਰ ਮੈਂ ਇੱਕ ਸਲਾਹ ਦਿੰਦਾ ਤੁਸੀਂ ਆਪਣੇ ਫਰੈਂਡ ਨੂੰ ਕਹਿ ਦਿਓ ਉਹ ਪ੍ਰੇ ਨਾ ਕਰਿਆ ਕਰੇ ਅਤੇ ਮੇਰਾ ਝਗੜਾ ਨਾ ਹੋਵੇ ਕਰਕੇ ਜੇ ਉਹ ਪ੍ਰੇ ਕਰੇਗਾ ਨਾ ਫਿਰ ਮੇਰਾ ਝਗੜਾ ਉਹਦਾ ਹੋਣਾ ਹੀ ਹੋਣਾ ਝਗੜਾ ਦੈਟਸ ਰਾਈਟ ਹੀ ਆ ਕਿਉਂਕਿ ਰੱਬ ਨੇ ਥੜੋ ਟਾਉਣਾ ਉਹਦਾ ਝਗੜਾ ਝਗੜਾ ਉਹਨੂੰ ਕਰਨਾ ਆ ਜਾਂ ਉਹਨਾਂ ਕਿਸੇ ਨੇ ਝਗੜਾ ਉਹਦੇ ਆਪਣੇ ਹੱਥ ਆ ਹਾਂਜੀ ਜੇ ਤੁਹਾਨੂੰ ਕੋਈ ਝਗੜਾ ਕਰਦਾ ਤੁਸੀਂ ਨਾ ਰਿਐਕਟ ਕਰੋ ਯੂ ਡੋਂਟ ਹੈਵ ਟੂ ਰਿਐਕਟ ਹੈ ਨਾ ਜ਼ਰੂਰੀ ਥੋੜ੍ਹਾ ਤੁਸੀਂ ਉਹਨੂੰ ਉਸੇ ਤਰ੍ਹਾਂ ਬੁਲਾਉਣਾ ਜਿੱਦਾਂ ਤੁਹਾਨੂੰ ਕਿੰਨੇ ਹੋਰ ਬੁਲਾਇਆ ਹੈ ਨਾ ਭਾਜੀ ਕਮਿੰਗ ਬੈਕ ਟੂ ਬਲੱਡ ਪ੍ਰੈਸ਼ਰ ਮੈਂ ਦਾਅਵੇ ਨਾਲ ਕਹਿ ਸਕਦਾ ਲੰਡਨ 'ਚ ਦੇ ਵਿੱਚ ਨਾ ਵਰਲਡ ਕੈਪੀਟਲ ਹੈਗਾ ਇੱਥੇ ਤਾਂ ਬੰਦਾ ਤਾਂ ਲੱਗਣ ਨੂੰ ਜ਼ਿਆਦਾ ਬਿਮਾਰੀ ਹੈਗੀ ਹੈ ਹਰ ਕਿਤੇ ਤੁਸੀਂ ਛੋਟੇ ਮਿਡਲੈਂਡ ਦੇ ਟਾਊਨ ਚਲੇ ਜਾਓ ਵੇ ਲੰਡਨ ਤੋਂ ਬਾਹਰ ਚਲੇ ਜਾਵੋ ਬੜੀ ਸ਼ਕੂਦੀ ਜ਼ਿੰਦਗੀ ਹੈ ਉੱਥੇ ਤੁਸੀਂ ਕੰਟਰੀ ਸਾਈਡ ਵਿੱਚ ਜਾਓ ਨਾ ਹਾਂ ਕੰਟਰੀ ਸਾਈਡ ਦੇ ਵਿੱਚ ਇੱਕ ਤਾਂ ਉਹਨਾਂ ਨੂੰ ਉੱਥੇ ਲੋਕਲ ਪ੍ਰੋਡਿਊਸ ਜਿਹੜਾ ਲੋਕਲ ਫੂਡ ਮਿਲਦਾ ਫਾਰਮਾਂ ਵਿੱਚ ਹੈ ਨਾ ਉਹਦੇ ਫਾਇਦਾ ਉਹਨਾਂ ਨੂੰ ਅਤੇ ਸਿਟੀ ਵਿੱਚ ਇੱਦਾਂ ਹੈ ਵੀ ਤੁਹਾਡੇ ਤੁਸੀਂ ਹਰ ਵੇਲੇ ਤੁਸੀਂ ਰਸ਼ ਵਿੱਚ ਰਹਿੰਦੇ ਹੋ ਪੋਲਿਊਸ਼ਨ ਹੈਗੀ ਆ ਵਰਕ ਸਟ੍ਰੈਸ ਹੈਗੀ ਆ ਹਾਂਜੀ ਲਾਈਫ ਸਟਾਈਲ ਵੈਰੀ ਫਾਸਟ ਜਲਦੀ ਜਲਦੀ ਲੰਚ ਖਾ ਕੇ ਜਾਂ ਮੁੜ ਕੇ ਫਿਰ ਕੰਮ 'ਤੇ ਜਾਣਾ ਅਤੇ ਬਾਕੀ ਜਿਹੜੀ ਹੋਰ ਵੀ ਤੁਹਾਨੂੰ ਸਟ੍ਰੈਸਿਸ ਰਹਿੰਦੀਆਂ ਸਾਰੇ ਇਹ ਆਲ ਐਡਸ ਅਪ ਹੈ ਨਾ ਅਤੇ ਉੱਥੇ ਤੁਹਾਡੀ ਸਟ੍ਰੈਸ ਜਿਹੜੀ ਉਹਨਾਂ ਬਲੱਡ ਪ੍ਰੈਸ਼ਰ ਅਪ ਹੋਣਾ ਹੀ ਹੋਣਾ ਆ ਹਾਂਜੀ ਸੋ ਡੈਫੀਨੇਟਲੀ ਜੇ ਤਾਂ ਜਿਹੜਾ ਸਿਟੀ ਲਾਈਫ ਸਟਾਈਲ ਆ ਇਟਸ ਨੋਟ ਗੁੱਡ ਫੋਰ ਹੈਲਥ ਵੈਸੇ ਬੜੀ ਨਾ ਇੰਟਰਸਟਿੰਗ ਗੱਲ ਆ ਕੋਸ਼ਿਸ਼ ਕਰੋ ਕਿ ਜਿੱਥੇ ਬਹੁਤ ਕੰਜਸਟਡ ਏਰੀਆ ਉੱਥੇ ਤੁਹਾਨੂੰ ਆਪਣਾ ਨਹੀਂ ਰਹਿਣਾ ਚਾਹੀਦਾ ਬਹੁਤ ਕਿਉਂਕਿ ਡਾਕਟਰ ਜੀ ਲੋਕ ਸਾਲਾਂ ਸਾਲਾਂ ਦੇ ਰਹਿੰਦੇ ਨੇ ਫਿਰ ਕਹਿੰਦੇ ਨੇ ਇੱਥੇ ਸਾਡੇ ਰਿਸ਼ਤੇਦਾਰ ਕੋਈ ਪੁੱਛਦਾ ਨਹੀਂ ਜਿਹੜੇ ਰਿਸ਼ਤੇਦਾਰ ਕੋਲ ਰਹਿੰਦੇ ਨੇ ਉਹਨਾਂ ਦਾ ਉੱਦਾਂ ਹੀ ਦਿਲ 'ਚ ਹੀ ਹੁੰਦਾ ਕਿ ਮੇਰੇ ਆਲੇ ਦੁਆਲੇ ਹੈਗੇ ਕੋਈ ਨਾ ਉਹਨਾਂ ਦਾ ਸੁੱਖ ਤਾਂ ਹੁੰਦਾ ਨਹੀਂ ਬੰਦੇ ਬਿਲਕੁਲ ਬਿਲਕੁਲ ਬਾਕੀ ਇੱਕ ਹੁੰਦਾ ਕਿ ਚਲੋ ਸਾਡੇ ਕੋਲ ਗੁਰੂ ਘਰ ਹੈਗਾ ਅਸੀਂ ਜਾ ਕੇ ਮੱਥਾ ਟੇਕ ਦੇਖਿਓ ਭਾਜੀ ਡਾਕਟਰ ਰੱਬ ਤਾਂ ਤੁਹਾਡੇ ਘਰ ਵੀ ਹੈਗਾ ਤੁਸੀਂ ਉੱਥੇ ਵੀ ਮੱਥਾ ਟੇਕ ਕੇ ਉੱਥੇ ਵੀ ਪ੍ਰੇ ਕਰ ਸਕਦੇ ਉੱਥੇ ਵੀ ਕਰ ਸਕਦੇ ਹਾਂ ਹਾਂਜੀ ਪਰ ਇੱਦਾਂ ਪਏ ਕਈਆਂ ਬਜ਼ੁਰਗਾਂ ਨੇ ਆਊਟਿੰਗ ਹੋ ਜਾਂਦੀ ਗੁਰਦੁਆਰੇ ਜਾਣ ਦੀ ਹਰ ਰੋਜ਼ ਹੈ ਨਾ ਸੋ ਉਹਨਾਂ ਦੀ ਥੋੜ੍ਹੀ ਐਕਸਰਸਾਈਜ਼ ਵੀ ਹੋ ਜਾਂਦੀ ਤੁਰ ਕੇ ਜਾਂਦੇ ਆ ਉੱਥੇ ਥੋੜ੍ਹੀ ਸੇਵਾ ਵੀ ਕਰ ਦਿੰਦੇ ਆ ਸੋ ਗੁਰੂ ਘਰ ਜਾਣਾ ਉਹਨਾਂ ਲਈ ਫਾਇਦੇਮੰਦ ਬਹੁਤ ਹੈਗਾ ਫਾਇਦੇਮੰਦ ਤਾਂ ਹੈਗਾ ਕਿ 10 ਹਜ਼ਾਰ ਚੜਾਏ ਲੜਾਈ ਕਰਕੇ ਫਿਰ ਹੀ ਪਹੁੰਚੋ ਮੇਰੇ ਵਰਗੇ ਚਲੋ ਆਪਣਾ ਆਪਣਾ ਸੁਭਾਅ ਹੁੰਦਾ ਨਹੀਂ ਵੈਸੇ ਕਈ ਦਫ਼ਾ ਤੁਸੀਂ ਤਾਂ ਵਾਕਈ ਤੁਸੀਂ ਆਪਣੇ ਦਿਲ 'ਚ ਸੋਚ ਕੇ ਜਾਵੋ ਕਿ ਮੈਨੂੰ ਅੱਜ ਕੁਛ ਵੀ ਹੋ ਜਾਏ ਮੈਂ ਤਾਂ ਗੁੱਸਾ ਨਹੀਂ ਕਰਦਾ ਹਾਂ ਐਗਜ਼ੈਕਟਲੀ ਦੈਟਸ ਬੈਟਰ ਦੈਟਸ ਪਰ ਭਾਜੀ ਫੇਰ ਵੀ ਕਦੇ ਕੋਈ ਬੰਦਾ ਇੱਦਾਂ ਤਾਂ ਹੁੰਦਾ ਨਾ ਤੁਹਾਨੂੰ ਉਹ ਇੰਨਾ ਮਜਬੂਰ ਕਰ ਦਿੰਦਾ ਕਿ ਤੁਹਾਨੂੰ ਗੁੱਸਾ ਚੜ ਹੀ ਜਾਂਦਾ ਹੈਗਾ ਹੋ ਜਾਂਦਾ ਫਿਰ ਵੀ ਇਨਸਾਨ ਆ ਬੰਦਾ ਅਤੇ ਇੱਦਾਂ ਵੀ ਉਹਨੂੰ ਇਗਨੋਰ ਕਰ ਦੇਣਾ ਚਾਹੀਦਾ ਹਾਂਜੀ ਜਿਹੜਾ ਤਾਂ ਮੱਲੋ ਮੱਲੀ ਤੁਹਾਡੇ ਨਾਲ ਝਗੜਾ ਕਰਦਾ ਉਹਨੂੰ ਇਗਨੋਰ ਕਰਦਾ ਬੈਟਰ ਆ ਬਸ ਇਹ ਗੱਲ ਹੋ ਰਹੀ ਹੈ ਦੇਖੋ ਸਾਰੇ ਤੁਸੀਂ ਜਿੱਥੇ ਮਿਲਜੇ ਹੁਣ ਸਾਥ ਤੋਂ ਗੱਲ ਕਰਾਂ ਬੜੇ ਸਾਲਾਂ ਤੋਂ ਰਹਿੰਦੇ ਹੋ ਬੜੀ ਪਿਆਰ ਮੁਹੱਬਤ ਪਤਾ ਨਹੀਂ ਹੈ ਕਿ ਨਹੀਂ ਹੈ ਐਲਿਸ ਕਾਰਟਸ 'ਚ ਰਹਿੰਦੇ ਹੋ ਬੰਦੇ ਦਿਖਾਈ ਦਿੰਦੇ ਨੇ ਕਦੇ ਨਾ ਕਦੇ ਛੁੱਟੀ ਇੱਦਾਂ ਦੀ ਜਗ੍ਹਾ 'ਤੇ ਜਾਇਆ ਕਰੋ ਜਿੱਥੇ ਬਿਲਕੁਲ ਲੋਨਲੀਨੈਸ ਹੋਵੇ ਫਰੈਸ਼ ਹਵਾ ਹੋਵੇ ਖੇਤ ਹੋਣ ਕੋਈ ਬੈਡ ਐਂਡ ਬ੍ਰੇਕਫਾਸਟ ਜਗ੍ਹਾ ਹੋਵੇ ਕਿਸੇ ਵੀ ਤਰ੍ਹਾਂ ਦੀ ਜਗ੍ਹਾ ਹੋਵੇ ਨਾ
ਇੱਕ ਹਫ਼ਤਾ ਜ਼ਰੂਰ ਉੱਥੇ ਕੱਢ ਕੇ ਆਵੋ ਫਲੈਸ਼ ਓਵਰ ਦੇ ਵਿੱਚ। ਹਾਂਜੀ ਹਾਂਜੀ, ਬੜਾ ਲੋੜ ਹੈ ਉਹ ਚੀਜ਼ ਦੀ, ਲੋੜ ਹੈ ਤੁਹਾਡੀ ਬੋਡੀ ਬਿਲਕੁਲ। ਅਸੀਂ ਇੱਕ ਭਾਜੀ ਇੱਕ ਹੌਲੀ ਜਿੱਦਾਂ ਤੁਹਾਨੂੰ ਦਵਾ ਦੀ ਲੋੜ ਹੈ ਜ਼ਿੰਦਗੀ ਦੇ ਵਿੱਚ, ਇਸ ਤਰ੍ਹਾਂ ਹੌਲੀਡੇ ਦੀ ਬੜੀ ਲੋੜ। ਹਾਂ, ਬ੍ਰੇਕ ਦੀ ਜ਼ਰੂਰ ਲੋੜ ਹੈ, ਬ੍ਰੇਕ ਦੀ ਲੋੜ, ਬ੍ਰੇਕ ਦੀ ਲੋੜ ਹੈਗੀ ਆ। ਅਤੇ ਉੱਥੇ ਜਾ ਕੇ ਤੁਸੀਂ ਬਿਲਕੁਲ ਤੁਹਾਡੀ ਬੋਡੀ ਰਿਲੈਕਸ ਹੋ ਜਾਊਗੀ। ਹਾਂਜੀ, ਤੁਸੀਂ ਬਿਸ਼ੱਕ ਕੇ ਮੈਜਰ ਕਰਕੇ ਦੇਖਿਓ, ਬਲੱਡ ਪ੍ਰੈਸ਼ਰ ਡੈਫੀਨੇਟਲੀ ਡਾਊਨ ਆ ਜਾਏਗਾ। ਆ ਜਾਏਗਾ ਨਾ, ਬਿਲਕੁਲ, ਮੈਂ ਉਹੀ ਤਾਂ ਗੱਲ ਕਰਦਾ ਨਾ। ਹਾਂ, ਨੀਂਦ ਵੀ ਉੱਥੇ ਸੋਹਣੀ ਆਏਗੀ। ਹਾਂਜੀ, ਫਰੈਸ਼ ਏਅਰ ਹੋਊਗਾ ਸੀ ਸਾਈਡ 'ਤੇ ਜਾਂ ਕੰਟਰੀ ਸਾਈਡ ਵਿੱਚ। ਕਿੰਨਾ ਫਰਕ ਪੈ ਜਾਂਦਾ ਪੋਲਿਊਸ਼ਨ ਦਾ, ਹੁਣ ਸਿਟੀ ਵਿੱਚ ਕਿੰਨੀ ਪੋਲਿਊਸ਼ਨ ਆ, ਅਤੇ ਬਹੁਤ ਫਰਕ ਪੈ ਜਾਂਦਾ। ਕਦੇ ਕੋਸ਼ਿਸ਼ ਕਰਿਓ ਜਿੱਦਾਂ ਹੌਲੀ 'ਤੇ ਜਾਂਦੇ ਹੋ, ਜਿੱਦਾਂ ਦਾ ਤੁਸੀਂ ਪਿੰਡ ਗਏ, ਉਹ ਵੀ ਲਾਈਫ ਠੀਕ ਹੈਗੀ ਪਿੰਡਾਂ ਵਿੱਚ ਵੀ। ਆਪਣੀ ਘੜੀ ਲਾ ਕੇ ਸਿੱਟ ਦੇਵੋ, ਟਾਈਮ ਨਹੀਂ ਦੇਖਣਾ, ਆਪਣੇ ਸੂਰਜ ਦੇ ਮੁਤਾਬਿਕ ਉੱਠੋ ਅਤੇ ਉਹਦੇ ਮੁਤਾਬਿਕ ਸੌਵੋ। ਹਾਂਜੀ ਹਾਂਜੀ, ਦੱਸ ਕਿਉਂ ਭਾਅ ਜੀ, ਕਿੰਨੀ ਜ਼ਿੰਦਗੀ, ਰੇਡੀਓ ਬੰਦ, ਟੀ ਵੀ ਬੰਦ, ਜੋ ਦੁਨੀਆਂ 'ਚ ਹੋਣਾ ਹੁੰਦਾ ਰਹਿਣ ਦਿਓ, ਲੇਕਿਨ ਆਪਣਾ ਨਾ ਇੱਕ ਸ਼ਕੂਨ ਦੇ ਨਾਲ ਇੱਕ ਹਫ਼ਤਾ ਦੋ ਹਫ਼ਤੇ ਕੱਢ ਕੇ ਆਉਂਦਾ ਸਰ। ਪੁਰਾਣੇ ਸਮੇਂ ਇੱਦਾਂ ਹੀ ਹੁੰਦਾ ਸੀਗਾ, ਸੂਰਜ ਦੇ ਨਾਲ ਉੱਠਦੇ ਸੀ, ਸੂਰਜ ਦੇ ਨਾਲ ਸੌ ਜਾਂਦੇ ਸੀ। ਹਾਂਜੀ, ਸੋ ਵਾਟ ਅ ਨਾਈਸ ਲਾਈਫ ਸਟਾਈਲ। ਭਾਅ ਜੀ, ਹੁਣ ਬਲੱਡ ਪ੍ਰੈਸ਼ਰ ਦਾ ਹੁਣ ਜਾਸਤੀ, ਇਹ ਪਹਿਲਾਂ ਤਾਂ ਤੁਸੀਂ ਸਟ੍ਰੈਸ ਦਾ ਕਿਹਾ ਸੀਗਾ, ਹੋਰ ਦੱਸੋ। ਸੋ ਸਟ੍ਰੈਸ, ਓਵਰਵੇਟ। ਹਾਂਜੀ, ਸੋਰੀ, ਮਾਫੀ ਚਾਹਾਂਗਾ, ਆਪਾਂ ਪਹਿਲਾਂ ਕਾਲ ਲੈ ਲਈਏ, ਫਿਰ ਗੱਲ ਕਰਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨਾਮ ਦੱਸੋ ਕਿ ਕਿੱਥੋਂ ਬੋਲਦੇ ਹੋ? ਮੈਂ ਸੁਮਿੱਤਰ ਬੋਲਦਾ ਹੈਗਾ, ਬਰਮਿੰਘਮ ਤੋਂ। ਹਾਂਜੀ, ਪਹਿਲਾਂ ਮੈਂ ਟੈਲੀਫੋਨ ਕੀਤਾ ਸੀ ਤਾਂ ਮੈਂ ਡਾਕਟਰ ਨੂੰ ਪੁੱਛਿਆ ਸੀਗਾ, ਲੇਕਿਨ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਉੱਥੇ ਦੂਸਰੇ ਟੈਲੀਫੋਨ 'ਤੇ ਕਰਦੇ ਆ, ਕੋਈ ਚੁੱਕਦੇ ਨਹੀਂ ਹੈਗੇ, ਕਹਿੰਦੇ ਨੰਬਰ ਛੱਡ ਦਿਓ, ਤੁਹਾਨੂੰ ਕਰਾਂਗੇ। ਮੈਂ ਪੁੱਛਿਆ, ਮੈਂ ਕਿਹਾ ਸੀਗਾ, ਮੈਂ ਕਿਹਾ ਵੀ ਮੇਰੇ ਨਾ ਹੱਥ ਜਿਹੜੇ ਹੈਗੇ ਗੁੱਠੇ ਨਾਲ ਦੀਆਂ ਦੋ ਫਿੰਗਰਾਂ ਅਤੇ ਦੂਸਰੇ ਹੱਥ ਦੇ ਵੀ ਉਹ ਨਮ ਹੋਈਆਂ ਪਈਆਂ, ਕੁਛ ਫੜ ਨਹੀਂ ਸਕਦਾ ਉਹਨਾਂ ਕੁਛ ਵੀ ਮੈਂ। ਅਤੇ ਰਾਤ ਨੂੰ ਤਾਂ ਬਹੁਤ, ਮਤਲਬ ਕਿ ਜਿੱਦਾਂ ਪਿੰਨਾਂ ਚੁੱਭਦੀ ਹੁੰਦੀ ਇੱਦਾਂ ਹੁੰਦੀਆਂ, ਔਰ ਪੈਰਾਂ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਥੱਲੇ ਪੈਰਾਂ ਦੇ ਦਲੀਆਂ ਦੇ ਵਿੱਚ ਨਾ ਇੱਦਾਂ ਰਾਤ ਨੂੰ ਇੰਨੀ ਗਰਮੀ ਨਿਕਲਦੀ ਹੈਗੀ ਆ ਕਿ ਸੌ ਵੀ ਨਹੀਂ ਸਕਦੇ। ਇਹ ਮੈਂ ਪੁੱਛਣਾ ਸੀ ਜੇ ਕੋਈ ਹੈ ਦਵਾ ਵਾਸਤੇ ਤਾਂ। ਹਾਂਜੀ ਹਾਂਜੀ, ਕੰਟੈਕਟ ਕਰ ਸਕਦੇ। ਹਾਂਜੀ ਭਾਅ ਜੀ, ਤੁਹਾਨੂੰ ਸ਼ੂਗਰ ਦੀ ਬਿਮਾਰੀ ਆ? ਨਹੀਂ, ਸ਼ੂਗਰ ਦੀ ਹੈ ਨਹੀਂ, ਮੈਨੂੰ 5.6 ਹੀ ਰਹਿੰਦੀ ਆ। ਅੱਛਾ ਅੱਛਾ ਜੀ, ਰਾਈਟ। ਤੁਹਾਡਾ ਮੇਰੇ ਖਿਆਲ ਬਾਰਡਰ ਲਾਈਨ ਰਹਿੰਦਾ ਹੈ ਸ਼ੂਗਰ ਤੁਹਾਡੀ? ਹਾਂ, ਬਾਰਡਰ ਲਾਈਨ ਦਿੱਤੀ ਆ ਮੈਂ, ਉਹ ਤਾਂ ਮੈਂ ਗੋਲੀ ਤਾਂ ਖਾਈ ਜਾਂਦਾ ਹੈਗਾ। ਹਾਂਜੀ, ਬਾਰਡਰ ਲਾਈਨ ਆ, ਇਸ ਕਰਕੇ ਇਹਦਾ ਮਤਲਬ ਪਹਿਲਾਂ ਤੁਹਾਡੀ ਸ਼ੂਗਰ ਜ਼ਿਆਦਾ ਰਹੀ ਆ। ਹਾਂਜੀ, ਕਿਸੇ ਵੇਲੇ, ਅਤੇ ਹੁਣ ਜਦੋਂ ਪਤਾ ਲੱਗਾ ਫਿਰ ਉਹ ਤੋਂ ਕਹਿੰਦੇ ਤੁਸੀਂ ਬਾਰਡਰ ਲਾਈਨ ਆ, ਅਤੇ ਉਹ ਹੌਲੀ ਹੌਲੀ ਤੁਹਾਡੀ ਉਹ ਸ਼ੂਗਰ ਦੇ ਨਾਲ ਜਿਹੜੀਆਂ ਨਾੜੀਆਂ ਹੈ ਨਾ ਪੈਰਾਂ ਵਿੱਚ, ਹੱਥਾਂ ਵਿੱਚ, ਉਹ ਡੈਮੇਜ ਹੋ ਚੁੱਕੀਆਂ। ਹਾਂਜੀ, ਹਾਂ, ਸ਼ੂਗਰ ਕਰਕੇ। ਸੋ ਤੁਹਾਨੂੰ ਕੁਛ ਹੋ ਸਕਦਾ? ਹਾਂਜੀ, ਹੋ ਸਕਦਾ, ਹੋ ਸਕਦਾ। ਹਾਂਜੀ, ਤੁਸੀਂ ਹੋ ਸਕਦਾ ਮੈਨੂੰ ਟੈਕਸਟ ਕਰ ਦਿਓ। ਹਾਂਜੀ, ਨੰਬਰ 'ਤੇ ਮੈਸੇਜ ਭਰ ਦਿੰਦੇ ਆ, ਬਹੁਤ ਹੀ ਮੈਸੇਜ ਭਰੇ ਹੁੰਦੇ, ਫਿਰ ਸਾਰੇ ਨਹੀਂ ਸੁਣ ਹੁੰਦੇ ਹੈਗੇ, ਉਹ ਸਾਡਾ ਟਾਈਮ ਬਹੁਤ ਫਿਰ ਉੱਥੇ ਲੱਗ ਜਾਂਦਾ, ਅਤੇ ਤੁਸੀਂ ਜ਼ਰੂਰ ਫਿਰ ਟਰਾਈ ਕਰ ਲਿਓ। ਹਾਂਜੀ, ਥੈਂਕ ਯੂ ਭਾਜੀ ਤੁਹਾਡੇ ਕਾਲ ਕਰਨ ਦਾ। ਤੁਸੀਂ ਬੜਾ, ਮੈਨੂੰ ਪਤਾ ਬੜਾ ਮੁਸ਼ਕਿਲ ਹੁੰਦਾ, ਕਦੇ ਤੁਹਾਡੇ ਪਾਸ ਮੋਬਾਈਲ ਫੋਨ ਨਹੀਂ ਹੁੰਦਾ ਜਾਂ ਤੁਸੀਂ ਟੈਕਸ ਨਹੀਂ ਕਰ ਸਕਦੇ। ਪਲੀਜ਼ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ, ਕੋਈ ਗੁਆਂਢੀ ਨੂੰ, ਕੋਈ ਬੱਚੇ ਨੂੰ ਕਹੋ ਕਿ ਇਹਨਾਂ ਡਾਕਟਰ ਨੂੰ ਟੈਕਸ ਕਰ ਦਿਉ। ਅਗਰ ਜਦੋਂ ਡਾਕਟਰ ਨੂੰ ਤੁਸੀਂ ਟੈਕਸ ਕਰ ਦਿੱਤਾ, ਡਾਕਟਰ ਜੀ ਜ਼ਰੂਰ ਤੁਹਾਨੂੰ ਵਾਪਸ ਕਾਲ ਕਰਨਗੇ, ਇੱਕ ਦਿਨ ਦੋ ਦਿਨ ਬਾਅਦ ਜਦੋਂ ਵੀ ਮੌਕਾ ਲੱਗੇਗਾ ਤੁਹਾਨੂੰ ਕਾਲ ਕਰਨਗੇ। ਜੇ ਫੋਨ ਨਹੀਂ ਚੱਕਿਆ ਜਾਂਦਾ, ਬੜੇ ਬਿਜ਼ੀ ਲਾਈਨਾਂ ਹੁੰਦੀਆਂ ਨੇ ਅਤੇ ਨਹੀਂ ਲੱਗਦਾ ਫੋਨ ਵਗੈਰਾ, ਟੈਕਸ ਇਜ਼ ਦਾ ਬੈਸਟ ਵੇ ਡਾਕਟਰ ਨੂੰ ਕੰਟੈਕਟ ਕਰਨ ਦਾ। ਉਹਦੇ ਨਾਲ ਤੁਹਾਡੇ ਡਾਕਟਰ ਜੀ ਜ਼ਰੂਰ ਵਾਪਸ ਤੁਹਾਡੇ ਨਾਲ ਗੱਲਬਾਤ ਕਰਨਗੇ। ਜੀ ਡਾਕਟਰ ਜੀ, ਹਾਂਜੀ। ਸੋ ਆਪਾਂ ਦੱਸ ਰਹੇ ਸੀ ਬਲੱਡ ਪ੍ਰੈਸ਼ਰ ਹੋਰ ਕੀ ਕੀ ਵਜ੍ਹਾ ਹੁੰਦੀ ਆ, ਅਤੇ ਆਪਾਂ ਕਿਹਾ ਸੀ ਸਟ੍ਰੈਸ, ਇਮੋਸ਼ਨਸ, ਹਾਂਜੀ, ਅਤੇ ਲਾਈਫ ਸਟਾਈਲ, ਫਾਸਟ ਫੂਡਸ ਖਾਣੇ, ਹਾਂਜੀ, ਅਤੇ ਜਿੱਦਾਂ ਵੈਜੀਟੇਬਲ ਓਇਲਸ ਆਪਾਂ ਦੱਸਿਆ, ਵੈਜੀਟੇਬਲ ਓਇਲਸ ਖਾਣੇ ਇਹ ਨਾੜੀਆਂ ਨੂੰ ਡੈਮੇਜ ਕਰਦੇ, ਸ਼ੂਗਰ ਜ਼ਿਆਦਾ ਹੁੰਦੀ ਹੈ, ਸ਼ੂਗਰ ਜ਼ਿਆਦਾ ਖਾਣ ਨਾਲ ਬਲੱਡ ਵੈਸਲਸ ਡੈਮੇਜ ਹੁੰਦੀਆਂ, ਅਤੇ ਟਰਾਂਸ ਫੈਟਸ, ਹਾਈਡਰੋਜਨੇਟਿਡ ਫੈਟਸ ਜਿਹੜੇ ਆ ਉਹ ਹੁੰਦੇ ਆ, ਜਿੱਦਾਂ ਤੁਸੀਂ ਕੇਕ ਬਿਸਕਿਟ ਕੋਈ ਖਾਂਦੇ ਉਹਦੇ ਵਿੱਚ ਪਾਏ ਹੁੰਦੇ ਆ, ਅਤੇ ਇਹ ਸਾਰੀਆਂ ਨਾੜੀਆਂ ਨੂੰ ਡੈਮੇਜ ਕਰਦੀਆਂ ਆ। ਹਾਂਜੀ, ਸੋ ਜਦੋਂ ਉਹ ਘੁੱਟਮੀਆਂ ਹੋ ਜਾਂਦੀਆਂ ਨਾੜੀਆਂ, ਫਿਰ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਹਾਂਜੀ, ਨੈਚੁਰਲੀ। ਸੋ ਆਲ ਦੀਸ ਆਰ ਕੋਜ਼ਸ, ਅਤੇ ਇੱਦਾਂ ਦੀ ਤੁਹਾਡੀ ਡਾਇਟ ਬਹੁਤ ਇੰਪੋਰਟੈਂਟ ਆ, ਅਤੇ ਤੁਹਾਡੀ ਇਮੋਸ਼ਨਸ ਬਹੁਤ ਇੰਪੋਰਟੈਂਟ ਆ। ਜਿੱਦਾਂ ਤੁਸੀਂ ਕਹਿ ਰਹੇ ਸੀ ਨਾ ਵੀ ਜਦ ਗੁੱਸਾ ਆਉਂਦਾ ਆ ਤੁਹਾਡਾ ਬਲੱਡ ਪ੍ਰੈਸ਼ਰ ਇੱਕਦਮ ਵੱਧਦਾ ਆ, ਬਿਲਕੁਲ ਇਸੇ ਤਰ੍ਹਾਂ ਜਦੋਂ ਤੁਹਾਨੂੰ ਕੋਈ ਗਰੀਫ ਹੁੰਦਾ ਆ, ਕੋਈ ਮੌਤ ਹੋ ਜਾਂਦੀ ਘਰ ਵਿੱਚ, ਉਹ ਦਿਲ ਨੂੰ ਗੱਲ ਲਾ ਲੈਂਦੇ ਆ, ਕਈ ਕਈ ਸਾਲ ਕਈ ਲੋਕਾਂ ਦੇ ਲੰਘ ਜਾਂਦੇ ਆ, ਉਹ ਗਰੀਫ ਗਮੀ ਦੇ ਵਿੱਚ ਹੀ ਰਹਿੰਦੇ ਆ, ਅਤੇ ਡਿਪਰੈਸ਼ਨ ਵੀ ਹੋ ਜਾਂਦਾ ਨਾਲ, ਅਤੇ ਬਲੱਡ ਪ੍ਰੈਸ਼ਰ ਵੀ ਹੋ ਜਾਂਦਾ, ਅਤੇ ਉਹਨਾਂ ਦੀ ਵੀ ਅਸੀਂ ਟ੍ਰੀਟਮੈਂਟ ਸਹੀ ਕੀਤੀ ਆ, ਉਹਨਾਂ ਨੂੰ ਵੀ ਠੀਕ ਕੀਤਾ,
ਆਲ ਦੀਸ ਥਿੰਗਸ ਐਡ ਅਪ ਹਾਂਜੀ ਡਾਕਟਰ ਜੀ ਥੈਂਕ ਯੂ ਮੈਂ ਲਾਸਟਲੀ ਜਿਹੜਾ ਆਪਣੇ ਭੱਜ ਦਾ ਫੋਨ ਆਇਆ ਸੀ ਤੁਸੀਂ ਥੋੜ੍ਹਾ ਬਹੁਤਾ ਦੱਸਿਆ ਵੀ ਸੀਗਾ ਜਿਹੜੀ ਆਪਣੀ ਸ਼ੂਗਰ ਦੀ ਰੀਡਿੰਗ ਹੈਗੀ ਹੈ ਅਸੀਂ ਜਿਹੜੀ ਕਹਿੰਦੇ ਕਿ ਬਾਰਡਰ ਲਾਈਨ 'ਤੇ ਜਾਂ ਥੋੜ੍ਹਾ ਥੱਲੇ 5.6 ਹੈਗਾ ਬੇਸ਼ੱਕ ਦੀ ਉਹ ਫਿਗਰ ਹੈਗੀ ਲੇਕਿਨ ਤੁਹਾਡੇ ਬੋਡੀ ਦੇ ਮੁਤਾਬਿਕ ਉਹ ਸਹੀ ਫਿਗਰ ਨਹੀਂ ਹੈ ਦੈਟਸ ਰਾਈਟ ਕਿਉਂਕਿ ਡਿਪੈਂਡ ਕਰਦਾ ਨਾ ਰਜਿਸਟਰ ਦੇ ਉੱਪਰ ਤੁਹਾਡਾ ਇਨਟੇਕ ਦੇ ਉੱਪਰ ਤੁਹਾਡੀ ਬੋਡੀ ਦੀ ਕੀ ਹਿਸਾਬ ਹੈਗਾ ਹਾਂਜੀ ਹਾਂਜੀ ਸੋ ਇਹੀ ਗੱਲ ਬਹੁਤ ਇੰਪੋਰਟੈਂਟ ਆਪਾਂ ਪਹਿਲਾਂ ਵੀ ਕਰ ਰਹੇ ਹਾਂ ਪਰ ਹਰੇਕ ਇੰਡੀਵਿਜੁਅਲ ਆ ਜੋ ਉਹਦਾ ਆਪਣਾ ਹੀ ਸੈਟਿੰਗ ਆ ਆਪਣੀ ਸੈਟਿੰਗ ਆਪਣੀ ਸੈਟਿੰਗ ਆ ਇਹ ਨਹੀਂ ਤਾਂ ਹੁਣ ਦਿੱਤੀ ਪਈ ਐਵਰੇਜ ਕੱਢ ਕੇ ਦਿੱਤੀ ਪਈ ਬਿਟਵੀਨ ਦਿਸ ਐਂਡ ਦਿਸ ਫਿਗਰ ਇਜ਼ ਨੋਰਮਲ ਹਰੇਕ ਲਈ ਉਹ ਨੋਰਮਲ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਭਾਅ ਜੀ ਇੱਕ ਤਾਂ ਬੜਾ ਫਿੱਟ ਆਦਮੀ ਹੋਏਗਾ ਬੜਾ ਜਵਾਨ ਹੋਏਗਾ ਇੱਕ ਬਜ਼ੁਰਗ ਚਲੋ ਐਵਰੇਜ ਕਰ ਲੈਂਦੇ ਨੇ ਥੋੜ੍ਹੀ ਬਹੁਤੀ ਗਾਈਡਲਾਈਨ ਹੈਗੀ ਆ ਗਾਈਡਲਾਈਨ ਤੁਸੀਂ ਉਹਦੇ 'ਤੇ ਡਿਪੈਂਡ ਨਹੀਂ ਕਰ ਸਕਦੇ ਨਹੀਂ ਤੁਸੀਂ ਤੁਹਾਡੇ ਆਪਣਾ ਸਰੀਰ ਕੀ ਕਹਿੰਦਾ ਉਹ 'ਤੇ ਚੱਲੋ ਹੈ ਨਾ ਉਹਦੇ 'ਤੇ ਚੱਲੋ ਦੈਟਸ ਰਾਈਟ ਹੁਣ ਜੇ ਇਹ ਕਹਿੰਦੇ ਪਏ ਮੇਰਾ 5.6 ਆ ਹਾਂਜੀ ਉਹ ਇੱਕ ਤਰ੍ਹਾਂ ਕੁਛ ਦੇ ਕੇ ਦੈਟ ਮੀਨਸ ਵਿਦ ਇਨ ਦ ਨੋਰਮਲ ਗਾਈਡਲਾਈਨ ਲਿਮਿਟਸ ਹਾਂਜੀ ਪਰ ਇਹਨਾਂ ਦੇ ਫਿਰ ਡੈਮੇਜ ਕਿਉਂ ਹੋਏ ਆ ਹਾਂਜੀ ਬੋਡੀ ਦੇ ਮੁਤਾਬਿਕ ਬੋਡੀ ਮੁਤਾਬਿਕ ਇਟਸ ਨਾਟ ਨੋਰਮਲ ਇਟਸ ਨਾਟ ਨੋਰਮਲ ਭਾਜੀ ਹੋਪ ਤੁਸੀਂ ਸੁਣਦੇ ਹੋਵੋਗੇ ਕਿ ਬਿਕੋਜ਼ ਜਿਹੜੀ ਰੀਡਿੰਗ ਹੁੰਦੀ ਹੈ ਨਾ ਇਹ ਉਹ ਇੱਕ ਗਾਈਡਲਾਈਨ ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਹਰ ਬੋਡੀ ਨੂੰ ਉਹੀ ਰੀਡਿੰਗ ਲਾਗੂ ਹੁੰਦੀ ਹੈ ਕੋਈ ਬੰਦੇ ਨੂੰ ਹਾਈ ਹੋ ਕੇ ਉਹ ਤਾਂ ਵੀ ਕੰਟਰੋਲ 'ਚ ਰਹਿ ਸਕਦੀ ਹੈ ਕਿਸੇ ਨੂੰ ਲੋਅ ਹੋ ਕੇ ਉਹਦੀ ਬੋਡੀ ਦੀ ਤਾਂ ਵੀ ਜ਼ਿਆਦਾ ਹੈਗੀ ਪਰ ਲੋਅ ਦੀ ਰੀਡਿੰਗ ਬੇਸ਼ੱਕ ਲੋਅ ਦਿਖਾਉਂਦੀ ਬਲੱਡ ਪ੍ਰੈਸ਼ਰ ਵੀ ਇੱਦਾਂ ਹੀ ਆ ਉਹ ਵੀ ਐਵਰੇਜ ਲਿਆ ਹੁੰਦਾ ਐਵਰੇਜ ਲਿਆ ਹਾਂਜੀ ਹੁਣ ਤਾਂ ਇਹ ਕਹਿੰਦੇ ਪਏ 140 ਤੋਂ ਜਿਹਦਾ ਉੱਤੇ ਆ ਉਹਨੂੰ ਦਵਾਈ 'ਤੇ ਜਾਣਾ ਚਾਹੀਦਾ ਹੈ ਦਵਾਈ ਖਾਣੀ ਚਾਹੀਦੀ ਆ ਪਹਿਲਾਂ ਜਦੋਂ ਅਸੀਂ ਕੁਆਲੀਫਾਈ ਹੋਏ ਸੀਗੇ ਨਾ 30 ਸਾਲ ਪਹਿਲਾਂ ਉਦੋਂ ਕਹਿੰਦੇ ਹੁੰਦੇ ਜਿਹੜਾ 160 ਤੋਂ ਉੱਤੇ ਹੋਵੇ ਹਾਂ ਤਾਂ ਉਹਨੂੰ ਦਵਾਈ ਲੈਣੀ ਚਾਹੀਦੀ ਆ ਸੋ ਇਹ ਕਿੱਦਾਂ ਇੰਨਾ ਬਦਲ ਕਿੱਦਾਂ ਗਿਆ ਹਾਂਜੀ ਇਹ ਇਹ ਬਦਲਦਾ ਕਰਕੇ ਜਿਹੜੀਆਂ ਦਵਾਈਆਂ ਬਣਾਉਂਦੇ ਆ ਉਹ ਪੁਸ਼ ਕਰਦੇ ਆ ਇਸ ਗੱਲ ਵੀ ਉਹਨਾਂ ਦੀਆਂ ਦਵਾਈਆਂ ਜ਼ਿਆਦਾ ਵਿਕਣ ਹਾਂਜੀ ਸੋ 140 ਜਿਹੜਾ ਉਹ ਹਰੇਕ ਲਈ ਨੋਰਮਲ ਨਹੀਂ ਹੈਗਾ ਹਾਂਜੀ 160 ਵੀ ਕਿਸੇ ਲਈ ਨੋਰਮਲ ਹੋ ਸਕਦਾ ਆ ਡਿਪੈਂਡਸ ਔਨ ਦਾ ਬੋਡੀ ਹਾਂਜੀ ਡਾਕਟਰ ਜੀ ਥੈਂਕ ਯੂ ਤੁਹਾਡਾ ਸੋ ਮਚ ਤੁਸੀਂ ਆ ਕੇ ਸ਼ੋ ਕਰਦੇ ਲੋਕਾਂ ਦਾ ਬੜਾ ਭਲਾ ਹੁੰਦਾ ਨੈਕਸਟ ਵੀਕ ਸੇਮ ਟਾਈਮ ਸੇਮ ਪਲੇਸ ਤੁਹਾਡਾ ਮੁਲਾਕਾਤ ਹੋਏਗੀ ਪਲੀਜ਼ ਦੇਖਦਿਆ ਕਰੋ ਪ੍ਰੋਗਰਾਮ ਬੜਾ ਇੰਟਰਸਟਿੰਗ ਹੁੰਦਾ ਜਿਹਨਾਂ ਦੇ ਅਸੀਂ ਕਾਲ ਨਹੀਂ ਲੈ ਸਕੇ ਮਾਫ਼ੀ ਚਾਹਵਾਂਗੇ ਬਿਕੋਜ਼ ਲਾਈਨਾਂ ਹਮੇਸ਼ਾ ਬਿਜ਼ੀ ਹੁੰਦੇ ਆ ਉਹ ਤੁਸੀਂ ਨੋਟ ਕੀਤਾ ਨਾ ਮੈਂ ਆਪਣੀ ਗੱਲ ਬੰਦ ਕਰਕੇ ਪਹਿਲਾਂ ਤੁਹਾਡੇ ਕਾਲ ਲੈਂਦੇ ਹਾਂ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕਾਲ 'ਤੇ ਵੇਟ ਨਾ ਕਰਾਇਆ ਜਾਵੇ ਐਟਲੀਸਟ ਉਹ ਰਿਸਪੈਕਟ ਕੀਤੀ ਜਾਂਦੀ ਹੈ ਤੁਹਾਡੀ ਇਸੇ ਤਰ੍ਹਾਂ ਤੁਸੀਂ ਕਾਲ ਚੱਲਣ ਦੀ ਮਦਦ ਕਰੋ ਰਿਸਪੈਕਟ ਕਰੋ ਕਿ ਜਿੰਨੀ ਵੀ ਸਾਡੇ ਕੋਲ ਕੋਸ਼ਿਸ਼ ਹੋ ਸਕਦੀ ਹੈ ਸੇਵਾ ਲੱਗੇ ਡਾਕਟਰ ਜੀ ਕਰ ਰਹੇ ਨੇ ਅਤੇ ਨੈਕਸਟ ਵੀਕ ਫਿਰ 11 ਤੋਂ 12 ਮੁਲਾਕਾਤ ਹੋਗੀ ਤਬ ਤੱਕ ਲੱਭ ਰੱਖਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ